है कारा शेरा वाली दा बोल सच्चे दरबार की जय। होया है नरेला पिंड दा रहण वाला सी, हर साल बाद ज्वाला जी दे दर्शनां नूं जाया करदा सी। जे कथा सुने बिना तुसीं चल गए तुहाडे जगराता नहीं लगना। हाँ जी हाँ जी, साडा कहना फर्ज है, बाकी तुहाडी मर्जी आ। नरेला पिंड दा रहण वाला सी ते अनुभव, हर साल मां ज्वाला जी दे दर्शन नूं जाया करदा सी। हर साल दी तरह इस साल भी ते अनुभव, सवेरे 3:30-4 बजे उठ जांदा, इशनान करदा है, मंदिर दी घंटी बजांदा है, सारे पिंड वालियां नूं इकट्ठा करके मां ज्वाला जी दे दर्शनां नूं चल पैंदा है। आखो जय माता, जय कारा शेरा वाली दा बोल सच्चे दरबार की जय। हर साल दी तरह ते अनुपत इस साल भी सारी शक्ति नु ना लेके मां ज्वाला जी दे दर्शनां नु जा रहा हुंदा है। जदों ते अनुपत माता रानी दी भेटा गांदा होया जा रहा हुंदा है, ता कहते हन उस वेले मुगलां दा राज होया करदा सी। मुगल सेना ते अनुपत नु घेर लैंदी है कि तू कौन है, तेनू कोई खौफ नहीं, महाराजा अकबर दा राज है, ओदे राज विच किसे होर धर्म नु मन्नण दी मनाही है। जेकर यह गल राजे नूं पता लगी तेरा तां कतल कराएगी, तेरे नाल जो भी संगत है उहदा सब दा भी राजा अकबर कतल करा देगा। गुरु जी नूं कहो, गुरु जी तैनूं कोई खौफ नहीं, तैनूं कोई डर नहीं, तू आप तां मरेगा ते जिन्नी तेरी नाल संगत है ਉਹਦਾ ਵੀ ਤੂੰ ਮੌਤ ਦਾ ਕਾਰਨ ਬਣੇਗਾ। ਤਾਂ ਉੱਥੇ ਧਿਆਨ ਭਗਤ ਕਹਿੰਦਾ ਹੈ, ਤੁਸੀਂ ਬੇਸ਼ੱਕ ਮੇਰਾ ਜੋ ਸੀਰ ਦਾ ਧੜ ਤੋਂ ਅਲੱਗ ਕਰ ਦਿਓ, ਪਰ ਇਸ ਮਾਤਾ ਰਾਣੀ ਦਾ ਜੋ ਗੁਣਗਾਨ ਕਰਨਾ ਹੈ, ਇਸ ਨੂੰ ਮੈਂ ਯਾਦ ਕਰਨਾ ਹੈ, ਇਹਦਾ ਜੋ ਲੜ ਹੈ ਮੈਂ ਨਹੀਂ ਛੱਡਣਾ। ਜਦੋਂ ਮੁਗਲ ਸੈਨਾ ਇੰਨੀ ਗੱਲ ਸੁਣਦੀ ਹੈ, ਸੈਨਾ ਨੂੰ ਗੁੱਸਾ ਆ ਜਾਂਦਾ ਹੈ। ਧਿਆਨੂ ਭਗਤ ਦੇ ਨਾਲ ਜਿੰਨੀ ਵੀ ਸੰਗਤ ਹੁੰਦੀ ਹੈ ਸਭ ਨੂੰ ਬੰਦੀ ਬਣਾ ਕੇ ਰਾਜਾ ਅਕਬਰ ਦੇ ਦਰਬਾਰ ਵਿੱਚ ਲਿਆਂਦਾ ਜਾਂਦਾ ਹੈ। ਆਖੋ ਜੈ ਮਾਤਾ ਦੀ, ਜੈ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ। ਉੱਠ ਕੇ ਬਹਿ ਜਾਓ ਭਗਤੋ, ਨਾ ਸੋ, ਉੱਠ ਕੇ ਬੈਠੋ। ਉੱਠ ਕੇ ਮਾਤਾ ਰਾਣੀ ਬੈਠੀ ਹੋਈ ਹੈ, ਤੁਸੀਂ ਸਾਰੇ ਸੋ ਰਹੇ ਹੋ, ਰਜਾਈਆਂ ਲੈਂਦੇ ਹੋ, ਬਹਿ ਤਾਂ ਜਾਓ ਕਮ ਸੇ ਕਮ। ਜੈ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ। ਰਾਜਾ ਅਕਬਰ ਦੇ ਦਰਬਾਰ ਵਿੱਚ ਧਿਆਨੂ ਭਗਤ ਦੇ ਨਾਲ ਜਿੰਨੀ ਵੀ ਸੰਗਤ ਹੁੰਦੀ ਸਭ ਨੂੰ ਪੇਸ਼ ਕੀਤਾ ਜਾਂਦਾ ਹੈ। ਅਕਬਰ ਨੂੰ ਸਾਰੀ ਗੱਲ ਦੱਸੀ ਜਾਂਦੀ ਹੈ। ਅਕਬਰ ਧਿਆਨੂ ਨੂੰ ਕਹਿੰਦਾ, ਧਿਆਨੂ ਤੈਨੂੰ ਮੈਂ ਇੱਕ ਮੌਕਾ ਹੋਰ ਦਿੰਦਾ, ਤੂੰ ਸਾਡਾ ਧਰਮ ਅਪਣਾ ਲੈ, ਸਾਡੀ ਜੈ ਜੈਕਾਰ ਕਰ, ਤੂੰ ਜੋ ਮੰਗੇਗਾ ਤੈਨੂੰ ਮੈਂ ਦੇਵਾਂਗਾ, ਪਰ ਤੈਨੂੰ ਆਪਣੀ ਗੱਲ ਤੇ ਅੜਿਆ ਰਹਿੰਦਾ ਹੈ, ਮੈਂ ਇਸ ਮਾਤਾ ਰਾਣੀ ਦਾ ਲੜ ਨਹੀਂ ਛੱਡ ਸਕਦਾ, ਤੂੰ ਬੇਸ਼ੱਕ ਮੇਰਾ ਸਿਰ ਜੋ ਧੜ ਤੋਂ ਅਲੱਗ ਕਰਨਾ ਹੈ ਕਰ। ਜਦੋਂ ਇੰਨੀ ਗੱਲ ਅਕਬਰ ਸੁਣਦਾ ਹੈ, ਅਕਬਰ ਨੂੰ ਗੁੱਸਾ ਆ ਜਾਂਦਾ ਹੈ, ਮਿਆਂ ਦੇ ਵਿੱਚੋਂ ਨੰਗੀ ਤਲਵਾਰ ਕੱਢਦਾ ਹੈ, ਤੇ ਜਦੋਂ ਧਿਆਨੂ ਦਾ ਸਿਰ ਧੜ ਤੋਂ ਅਲੱਗ ਕਰਨ ਲੱਗਦਾ ਹੈ, ਤਾਂ ਬੀਰਬਲ ਜੋ ਅਕਬਰ ਦਾ 16ਵਾਂ ਰਤਨ ਸੀ, ਵਜ਼ੀਰ ਸੀ, ਜਾਤ ਦਾ ਹਿੰਦੂ ਸੀ, ਅਕਬਰ ਦੀ ਬਾਹ ਫੜ ਲੈਂਦਾ। ਹੇ ਮਹਾਰਾਜ, ਮੈਨੂੰ ਪਤਾ ਹੈ ਮੈਂ ਤੁਹਾਡਾ ਰਸਤਾ ਰੋਕਿਆ ਹੈ, ਤੁਹਾਡੀ ਬਾਹ ਫੜੀ ਹੈ, ਇਸ ਦੀ ਸਜ਼ਾ ਮੌਤ ਵੀ ਹੋ ਸਕਦੀ, ਪਰ ਜੇਕਰ ਤੁਸੀਂ ਅੱਜ ਇਸ ਦਾ ਕਤਲ ਕਰ ਦਿੱਤਾ ਤਾਂ ਸੰਗਤ ਇਸ ਨੂੰ ਹੋਰ ਮੰਨਣ ਲੱਗ ਜਾਵੇਗੀ, ਦੁਨੀਆਂ 'ਚ ਇਹਦੀ ਹੋਰ ਜੈਰੇਕਾਰ ਹੋਣ ਲੱਗ ਜਾਵੇ। ਅਕਬਰ ਬੀਰਬਲ ਦੀ ਗੱਲ ਮੰਨਦਾ ਸੀ, ਤਾਂ ਬੀਰਬਲ ਤੁਸੀਂ ਦੱਸ ਕੀ ਕੀਤਾ ਜਾਵੇ। ਹੇ ਮਹਾਰਾਜ, ਇਸ ਤਰ੍ਹਾਂ ਕਰੋ, ਇਹਦੇ ਕੋਲ ਜਿਹੜਾ ਜੋ ਨੀਲਾ ਘੋੜਾ ਹੈ, ਨੀਲੇ ਘੋੜੇ ਸੰਸਾਰ ਵਿੱਚ 4 ਜਾਣਿਆਂ ਕੋਲ ਹੋਏ, ਪਤਾ ਹੀ ਸਭ ਨੂੰ, ਦੱਸੋ ਗੁੱਗਾ ਜਾਹਰ ਵੀ ਠੀਕ ਹੈ ਜੀ, ਰਾਜਾ ਹਰੀਚੰਦਰ, ਧਿਆਨੂ ਭਗਤ, ਦੋ ਜਹਾਂ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹਦਾ ਜੋ ਨੀਲਾ ਘੋੜਾ ਹੈ, ਇਸਦਾ ਜੋ ਸਿਰ ਹੈ ਧੜ ਤੋਂ ਅਲੱਗ ਕਰਕੇ ਇੱਕ ਵੱਡੇ ਕੜਾਹੇ ਵਿੱਚ ਤੇਲ ਪਾ ਕੇ, ਘੋੜੇ ਦਾ ਜੋ ਵੀ ਸਰੀਰ ਹੈ ਕੜਾਹੇ ਵਿੱਚ ਪਾ ਕੇ ਤਬੇਲੇ ਚ ਰੱਖ ਦਿਓ,
ਤੇਤਿਆਨੂ ਪਰਗ ਨੂੰ 2 ਮਹੀਨੇ ਦਾ ਸਮਾਂ ਦੇ ਦੋ ਜੇਕਰ ਇਸ ਨੇ ਆਪਣਾ ਘੋੜਾ ਜਿਉਂਦਾ ਕਰ ਲਿਆ ਤਾਂ ਅਸੀਂ ਸਮਝਾਂਗੇ ਇਹਦੀ ਮਾਤਾ ਵੱਡੀ ਹੈ ਨਹੀਂ ਤਾਂ ਇਸ ਨੂੰ ਸਾਡਾ ਧਰਮ ਅਪਣਾਉਣਾ ਪਵੇਗਾ ਕੋ ਜੈ ਮਾਤਾ ਦੀ ਜੈ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਦੀ ਜੈ ਭੁੱਖੇ ਬੇਸ਼ੱਕ ਨਾ ਬੋਲਣ ਬੋਲ ਸੱਚੇ ਦਰਬਾਰ ਦਰਬਾਰ ਦੇ ਵਿੱਚ ਹੀ ਤੁਹਾਨੂੰ ਮਾਤਾ ਰਾਣੀ ਦੀ ਜੋਤ ਜਗਾ ਕੇ ਮਾਤਾ ਰਾਣੀ ਦੀ ਭੇਟਾ ਗਾਣੀਆਂ ਸ਼ੁਰੂ ਕਰ ਦਿੰਦਾ ਹੈ ਜਦੋਂ ਚੋਕਾ ਪੈਣ ਲੱਗਦਾ ਹੈ 2:30 ਵਜੇ ਦਾ ਸਮਾਂ ਹੁੰਦਾ ਹੈ ਮਾਤਾ ਰਾਣੀ ਨਹੀਂ ਆਉਂਦੀ ਤਾਂ ਤੁਹਾਨੂੰ ਬਲ ਖੰਡਾ ਲੈ ਕੇ ਆਪਣਾ ਸਿਰ ਕੱਟ ਕੇ ਮਾਤਾ ਦੇ ਚਰਨਾਂ 'ਚ ਚੜਾ ਦਿੰਦਾ ਹੈ ਜਦੋਂ ਭਗਤ ਮਾਤਾ ਰਾਣੀ ਨੂੰ ਯਾਦ ਕਰਦੇ ਹਨ ਤਾਂ ਮਾਤਾ ਰਾਣੀ ਨੂੰ ਆਉਣਾ ਪੈਂਦਾ ਹੈ ਭਗਤ ਦਾ ਬੰਨਿਆ ਰੱਬ ਨਹੀਂ ਛੁਡਾ ਸਕਦਾ ਰੱਬ ਦਾ ਬੰਨਿਆ ਭਗਤ ਛੁਡਾ ਲੈਂਦਾ ਮਾਤਾ ਰਾਣੀ ਆਉਂਦੀ ਹੈ ਤੁਹਾਨੂੰ ਦਾ ਸਿਰ ਚੱਕੇ ਧੜਨਾ ਲਾਉਂਦੀ ਤੁਹਾਨੂੰ ਜੈ ਮਾਤਾ ਦੀ ਕਹਿ ਕੇ ਉੱਠ ਪੈਂਦਾ ਹੈ ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਤੁਹਾਨੂੰ ਤੈਨੂੰ ਮੇਰੇ ਤੇ ਇੰਨਾ ਵਿਸ਼ਵਾਸ ਨਹੀਂ ਸੀ ਅਕਬਰ ਨੇ ਤਾਂ ਤੈਨੂੰ 2 ਮਹੀਨੇ ਦਾ ਸਮਾਂ ਦਿੱਤਾ ਸੀ ਪਰ ਤੂੰ ਇੱਕ ਰਾਤ ਵਿੱਚ ਹੀ ਘਬਰਾ ਗਿਆ ਉੱਥੇ ਤੈਨੂੰ ਕੀ ਕਹਿੰਦਾ ਹੇ ਮਾਂ ਅਕਬਰ ਬੇਸ਼ੱਕ ਮੇਰਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਮੈਨੂੰ ਕੋਈ ਫਿਕਰ ਨਹੀਂ ਸੀ ਕੋਈ ਡਰ ਨਹੀਂ ਸੀ ਪਰ ਉਸ ਨਿਰਜੀਵ ਦੀ ਜੋ ਬੋਲ ਵੀ ਨਹੀਂ ਸਕਦਾ ਵੀ ਉਹਦੀ ਕੀ ਗਲਤੀ ਸੀ ਜੋ ਉਸਨੂੰ ਮੌਤ ਦੀ ਸਜ਼ਾ ਦਿੱਤੀ ਗਈ ਇਹ ਜੋ ਵਿਯੋਗ ਸੀ ਇਹ ਜੋ ਦਰਦ ਸੀ ਮੇਰੇ ਤੋਂ ਸਹਿ ਨਹੀਂ ਹੋਇਆ ਮੇਰੀ ਮਾਤਾ ਰਾਣੀ ਇਸੇ ਕਰਕੇ ਮੈਂ ਆਪਣਾ ਜੋ ਸੀਰ ਹੈ ਤੇਰੇ ਚਰਨੀ ਚੜਾ ਦਿੱਤੀ ਮਾਤਾ ਰਾਣੀ ਅਕਬਰ ਨੂੰ ਕਹਿੰਦੀ ਜਾ ਆਪਣੀ ਸੈਨਾ ਭੇਜ ਤੁਹਾਨੂੰ ਦਾ ਘੋੜਾ ਤਬੇਲੇ ਦੇ ਵਿੱਚ ਘਾਸ ਖਾ ਰਿਹਾ ਦੇਖਦੇ ਹਨ ਘੋੜਾ ਜੁੱਤਾ ਹੋ ਜਾਂਦਾ ਹੈ ਤਬੇਲੇ ਚ ਘਾਸ ਖਾ ਰਿਹਾ ਹੁੰਦਾ ਹੈ ਅਕਬਰ ਤੁਹਾਨੂੰ ਅੱਗੇ ਝੁਕ ਜਾਂਦਾ ਹੈ ਜੈ ਜੈਕਾਰ ਹੋਣ ਲੱਗ ਜਾਂਦੀ ਹੈ ਮਾਤਾ ਰਾਣੀ ਤੁਹਾਨੂੰ ਨੂੰ ਕਹਿੰਦੀ ਤੁਹਾਨੂੰ ਮੈਂ ਤੇਰੀ ਪਤਨੀ ਤੋਂ ਖੁਸ਼ ਹਾਂ ਤੂੰ ਕੀ ਮੰਗਣਾ ਚਾਹੁੰਦਾ ਹੈ ਮੰਗਾ ਤੂੰ ਜੋ ਵੀ ਮੰਗੇਗਾ ਮੈਂ ਤੇਰੀ ਮਨੋਕਾਮਨਾ ਪੂਰੀ ਕਰਾਂਗਾ ਤੂੰ ਜੋ ਵੀ ਮੰਗੇਗਾ ਅੱਜ ਮੈਂ ਤੈਨੂੰ ਉਹ ਵਰ ਦਵਾਂਗਾ ਤੁਹਾਨੂੰ ਕਹਿੰਦਾ ਹੇ ਮਾਂ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਤਾਂ ਸਿਰਫ ਤੇਰੀ ਭਗਤੀ ਚਾਹੀਦੀ ਹੈ ਜੇਕਰ ਤੂੰ ਦੇਣਾ ਹੀ ਹੈ ਵੀ ਆਉਣ ਵਾਲਾ ਜੋ ਸਮਾਂ ਹੈ ਇੰਨਾ ਭਿਆਨਕ ਹੋਵੇਗਾ ਵੀ ਕੋਈ ਐਸਾ ਭਗਤ ਨਹੀਂ ਹੋਵੇਗਾ ਜਿਹੜਾ ਜੋ ਆਪਣਾ ਸਿਰ ਕੱਟ ਕੇ ਤੇਰੇ ਚਰਨਾਂ 'ਚ ਚੜਾ ਸਕਦਾ ਕੋਈ ਐਸੀ ਵਿਊਤ ਐਸਾ ਤਰੀਕਾ ਹੋਵੇ ਸਿਰ ਦੀ ਬਲੀ ਵੀ ਹੋ ਜਾਵੇ ਤੇ ਭਗਤ ਦੀ ਮਨੋਕਾਮਨਾ ਵੀ ਪੂਰੀ ਹੋ ਜਾਵੇ ਤਾਂ ਉੱਥੇ ਮਾਤਾ ਰਾਣੀ ਨੇ ਧਿਆਨੂੰ ਨੂੰ ਵਚਨ ਕੀਤੇ ਸੀ ਧਿਆਨੂੰ ਜਿਹੜਾ ਵੀ ਚੌਥੇ ਪੈਰ 2:30 ਤੋਂ 3 ਵਜੇ ਦੇ ਵਿੱਚ ਜਾਗਰਣ ਦੇ ਵਿੱਚ ਤਨ ਮਨ ਧਨ ਦੇ ਨਾਲ ਮੈਨੂੰ ਨਾਰੀਆਂ ਦੀ ਭੇਟ ਚੜਾਏਗਾ ਮੈਂ ਉਸਦੀ ਹਰ ਮਨੋਕਾਮਨਾ ਪੂਰੀ ਕਰਾਂਗਾ ਇਹ ਜੋ ਅਸੀਂ ਨਾਰੀਆਂ ਦੇ ਭੇਟ ਚੜਾਉਂਦੇ ਹਾਂ ਇਹ ਮਾਤਾ ਰਾਣੀ ਦੇ ਵਚਨ ਤਾਂ ਹੀ ਅਸੀਂ ਕਹਿੰਦੇ ਹਾਂ ਜੇ ਤੁਸੀਂ 12-1 ਵਜੇ ਤੱਕ ਬੈਠੇ ਤਾਂ ਸਵੇਰੇ ਆਰਤੀ ਜ਼ਰੂਰ ਸੁਣ ਕੇ ਜਾਓ ਕਥਾ ਸੁਣ ਕੇ ਜਾਓ ਤਾਂ ਹੀ ਜਾਗਰਣ ਸੰਪੂਰਨ ਮੰਨਿਆ ਜਾਂਦਾ ਹੈ ਤਾਂ ਹੀ ਤੁਹਾਡਾ ਸਾਰੀ ਰਾਤ ਬੈਠਣ ਦਾ ਫਾਇਦਾ ਹੈ ਜੇ ਕੁਛ ਮਾਂ ਕੋਲੋਂ ਲੈਣਾ ਹੈ ਤਾਂ ਕੁਛ ਖੋਣਾ ਵੀ ਪੈਂਦਾ ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਤਾਂ ਇੱਥੇ ਮਾਤਾ ਰਾਣੀ ਨੇ ਤੁਹਾਨੂੰ ਨੂੰ ਵਚਨ ਕੀਤੇ ਸੀ ਜਿਹੜਾ ਵੀ ਮੈਨੂੰ ਨਾਰੀਆਂ ਦੀ ਭੇਟ ਚੜਾਏਗਾ ਮੈਂ ਉਸਦੀ ਹਰ ਮਨੋਕਾਮਨਾ ਪੂਰੀ ਕਰਾਂਗਾ ਹੁਣ ਨਾਰੀਆਂ ਦੀ ਭੇਟ ਸਭ ਤੋਂ ਪਹਿਲਾਂ ਕਿਸਨੇ ਚੜਾਈ ਨੰਦ ਲਾਲ ਜਿਹਨੂੰ ਆਪਾਂ ਸ਼ੰਭੂ ਪ੍ਰਸ਼ਾਦ ਵੀ ਕਹਿੰਦੇ ਹਾਂ ਨਰੇਲਾ ਪਿੰਡ ਦਾ ਰਹਿਣ ਵਾਲਾ ਸੀ ਦਿੱਲੀ ਦੇ ਲਾਗੇ ਹਰ ਸਾਲ ਮਾਂ ਵੈਸ਼ਨੂੰ ਦੇ ਦਰਬਾਰ ਜਾਇਆ ਕਰਦਾ ਸੀ ਹਰ ਸਾਲ ਦੀ ਤਰ੍ਹਾਂ ਨੰਦ ਲਾਲ ਮਾਂ ਵੈਸ਼ਨੂੰ ਦੇ ਦਰਬਾਰ ਨੂੰ ਜਾ ਰਿਹਾ ਹੁੰਦਾ ਹੈ ਅੱਧ ਵਿਚਕਾਰ ਰਸਤੇ ਦੇ ਵਿੱਚ ਨੰਦ ਲਾਲ ਥੱਕ ਜਾਂਦਾ ਹੈ ਬਿਰਧ ਅਵਸਥਾ ਹੁੰਦੀ ਹੈ ਇੱਕ ਸ਼ੀਲਾ ਦੇ ਉੱਤੇ ਬੈਠ ਜਾਂਦਾ ਹੈ ਤੇ ਮੂੰਹ ਦੇ ਵਿੱਚ ਆਵਾਜ਼ ਨਿਕਲਦੀ ਹੈ ਮਾਂ ਵੀ ਮੇਰੇ ਹੁਣ ਗੋਡੇ ਕੰਮ ਨਹੀਂ ਕਰਦੇ ਬਿਰਧ ਅਵਸਥਾ ਹੈ ਮੇਰੀ ਇੱਥੋਂ ਤੱਕ ਹੀ ਜੋ ਹੈ ਯਾਤਰਾ ਕਬੂਲ ਕਰ ਮੇਰੀ ਮਾਂ ਨੰਦ ਲਾਲ ਦੇ ਮੂੰਹ ਚ ਇਹ ਬਚਨ ਨਿਕਲਦੇ ਹਨ ਤੇ ਨੰਦ ਲਾਲ ਨੂੰ ਨੀਂਦ ਆ ਜਾਂਦੀ ਹੈ ਤਾਂ ਮਾਂ ਵੈਸ਼ਨੂੰ ਇੱਕ ਕੰਨਿਆ ਦਾ ਰੂਪ ਧਾਰ ਕੇ ਆਉਂਦੀ ਹੈ ਨੰਦ ਲਾਲ ਦੇ ਸਿਰ ਤੇ ਹੱਥ ਫੇਰਦੀ ਹੈ ਨੰਦ ਲਾਲ
मैं तेरी पत्नी तो खुश हां, अज तो बाद तेनू मेरे अज तो बाद तेनू मेरे धाम विच आण दी लोड़ नहीं है, तू हर साल मेरा जागरण करवाया कर, मैं तेरे जागरण विच आके सब तो नारे दी भेट लवांगी ते सब दियां मनोकामना पूरियां करांगी। माता रानी नंद लाल नूं वचन कर दिंदी है, नंद लाल खुशी खुशी अपने पिंड पहुंचता है, सारे पिंड वालियां नूं न्योता दे दिंदा है भी कल नूं मेरे घरे माता रानी दा जागरण है, भी माता रानी खुद मेरे जागरण विच आवेगी, सब तो नारे दी भेट लवेगी, सब दियां मनोकामना पूरियां करेगी, सब नूं दर्शन देवेगी। तां नाल दे पिंडां दे विच वी इह गल फैल जांदी है, जागरण दा समां हो जांदा है, भेटां चल रहियां हुंदियां हन, ढाई तो तीन बजे दा समां हो जांदा है, चौथा पैर लग्गिया हुंदा है, पर माता रानी नहीं आउंदी। नंद लाल रो रो के माता दे चरणां च रोई जांदा है, हे मां जे तू नहीं सी आना तां मैनूं झूठ क्यों बोलिया मेरी मां। संगता दे विच आवाज आण लग जांदी है वी नंद लाल ने सानू झूठ बोलिया है जां पैसा इकट्ठा करन लई बुलाया है। सो तरह दे जदों गल्लां हुंदियां नंद लाल दे कन्नां च पैंदियां हन तां नंद लाल रो रो के माता दे चरणां च डिग जांदा, हे मां जेकर तुसीं नहीं सी आना तां जाग विच मेरी भगती क्यों कराई मेरी मां, भगतां दी इज्जत तेरे हत्थ है मेरी मां। ਜਦੋਂ ਇੰਨੀਆਂ ਗੱਲਾਂ ਨੰਦ ਲਾਲ ਕਰ ਰਿਹਾ ਹੁੰਦਾ ਹੈ, ਹਾਂ ਇੱਕ ਮਿੰਟ ਆਹ ਤਾਰੀਅਤ ਦੀ ਆਪ ਨੰਦ ਲਾਲ ਦੀ ਕਥਾ ਤੋਂ ਬਾਅਦ ਸ਼ੁਰੂ ਕਰਾਂ। ਜਦੋਂ ਇੰਨੀਆਂ ਗੱਲਾਂ ਕਰ ਰਿਹਾ ਹੁੰਦਾ ਨੰਦ ਲਾਲ, ਮਾਤਾ ਰਾਣੀ ਦੀ ਅੱਖ ਖੁੱਲਦੀ ਹੈ, ਸ਼ੇਰ ਸਜਾਉਂਦੀ ਹੈ, ਤੁਹਾਨੂੰ ਨਾਰੀਅਲ ਦੀ ਪੇੜ ਸੁਣਾਇਆ ਸੀ ਨਾ, ਸਿੰਘ ਫਲਾਨਿਆਂ ਸ਼ੇਰ ਫਲਾਨਿਆਂ ਕਹਾ ਚਲੇ ਲੰਗਰ ਵੀਰ ਮਾਤਾ ਰਾਣੀ ਨੂੰ ਦਿੱਤਾ ਕਰਦਾ। ਜਦੋਂ माता रानी शेर सजा के जदों गुफा दे विचों बाहर निकलन लगती है तां लंगर विच माता रानी दा रस्ता घेर जांदा, हे मां चौथा पैर लगण वाला है, इल्ली रात नूं तुसीं कित्थे जा रहे हो, तां माता रानी लंगर विच नूं कहिंदी है, लंगर विच नंद लाल ने मेरा जागरण कराया होया है, मैं उस नूं वचन कीते सी वी जिहड़ा वी तेरे जागरण विच तन मन धन दे नाल मैनूं नारियल दी भेंट चढ़ावेगा मैं उसकी हर मनोकामना पूरी करांगी ते उस नूं दर्शन दिखांगा, मैं उहदे जागरण विच जा रही हां, उहदे पिंड विच जा रही हां। तां लंगर वीर वी माता रानी नूं बिनती करदा तरले करदा है, तां माता रानी लंगर वीर नूं नाल लै के नंद लाल दे पिंड पहुंच जांदी, जागरण हो रहा बार पंडाल दे माता रानी जी खड़ जांदे हन ते लंगर वीर नूं कहिंदे, लंगर वीर तू इस तरह कर, जब पवन रूप होके देख आ वी किन्नी कु संगत है, किन्ने कु भगत रहे जो सच्चे मन नाल सच्चे हिरदे नाल मेरे दर्शन दीदारे दी बैठे। लंगर वीर पवन रूप होके आता है, मां 100 दे विच 25% लोक तां तमाश गी दस, 25% लोक तां लंगर पकवान खान आए हन, 25% लोक हुल्लड़बाजी करन आए हन, रोला रप्पा पाण आए हन, 25% लोक हन जो सच्ची श्रद्धा भावना दे नाल नारियल दे उत्ते अपनी सारी जिंदगी दा कमाया होया धन बन के बैठे हन वी माता रानी आवेगी सानू दर्शन देवे। इधरों नंद लाल रो रो के माता दे चरणां नूं धोई जांदा, हे मां जे तू नहीं सी आना तां मैनूं झूठ क्यों बोलिया, जग विच मेरी भगती क्यों कराई मेरी मां। ਤਾਂ ਮਾਤਾ ਰਾਣੀ ਸ਼ੇਰ ਅਤੇ ਲੰਗਰ ਵਿੱਚ ਪਵਨ ਰੂਪ ਹੋ ਕੇ ਪੰਡਾਲ ਦੇ ਵਿੱਚ ਜਾਂਦੇ ਹਨ। ਨੰਦ ਲਾਲ ਦੇ ਸਿਰ ਤੇ ਮਾਤਾ ਰਾਣੀ ਹੱਥ ਫੇਰਦੀ ਹੈ, ਨੰਦ ਲਾਲ ਮੈਂ ਆ ਗਈ, ਹੇ ਮਾਂ ਤੁਸੀਂ ਹੋਰ ਜੀ ਇੰਨਾ ਸਮਾਂ ਕਿਉਂ ਲਾਇਆ ਮੇਰੀ ਮਾਂ, ਸਾਰੀ ਦੁਨੀਆ ਮੈਨੂੰ ਬੁਰਾ ਭਲਾ ਕਹਿ ਰਹੀ ਹੈ ਮੇਰੀ ਮਾਂ। ਤਾਂ ਨੰਦ ਲਾਲ ਨੂੰ ਮਾਤਾ ਰਾਣੀ ਕਹਿੰਦੀ ਹੈ, ਨੰਦ ਲਾਲ ਮੈਂ ਤੇਰੀ ਭਗਤੀ ਤੋਂ ਖੁੱਚਾ ਤੂੰ ਕੀ ਮੰਗਣਾ ਚਾਹੁੰਦਾ ਹੈ, ਮੰਗ ਮਾਤਾ ਰਾਣੀ ਤੁਸੀਂ ਜੋ ਮੈਨੂੰ ਵਾਅਦਾ ਕੀਤਾ ਸੀ ਵੀ ਸਭ ਤੋਂ ਨਾਰੀ ਦੀ ਭੇਟ ਲਵਾਂਗੀ, ਸਭ ਨੂੰ ਦਰਸ਼ਨ ਦੀਦਾਰੇ ਦੇਵਾਂਗੀ, ਜੋ ਤੁਸੀਂ ਵਚਨ ਕੀਤੇ ਸੀ ਉਹ ਪੂਰੇ ਕਰੋ ਮੇਰੀ ਮਾਂ। ਮਾਤਾ ਰਾਣੀ ਮੁਸਕਰਾਉਂਦੀ ਹੈ ਵੀ ਨੰਦ ਲਾਲ ਅੱਜ ਤਾਂ ਤੂੰ ਉਹ ਗੱਲ ਕਰਦੀ ਜਿਵੇਂ ਲੱਕੜ ਦੀ ਕਿਸ਼ਤੀ ਚ ਕਿੱਲ ਵੀ ਤਰ ਜਾਂਦੇ ਹਨ, ਤੇਰੀ ਭਗਤੀ ਨਾਲ ਸਾਰੀ ਸੰਗਤ ਤਰ ਜਾਵੇਗੀ। ਆਖੋ ਜੈ ਮਾਤਾ ਦੀ, ਜੈ ਮਾਤਾ ਦੀ, ਹੈ ਕਾਰਾ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ। ਜਿੱਦਾਂ ਮਹਿੰਦੀ ਦੇ ਵਿੱਚ ਲਾਲ ਰੰਗ ਹੁੰਦਾ ਹੈ, ਲੱਕੜ ਦੇ ਵਿੱਚ ਅੱਗ ਹੁੰਦਾ ਹੈ, ਉਸੇ ਤਰ੍ਹਾਂ ਭਗਤੀ ਵਿੱਚ ਸ਼ਕਤੀ ਹੁੰਦੀ ਹੈ।
ਤਾਂ ਭਗਤੀ ਦੇ ਅੱਗੇ ਮਾਤਾ ਰਾਣੀ ਨੂੰ ਝੁਕਣਾ ਪੈ ਜਾਂਦਾ ਹੈ। ਮਾਤਾ ਰਾਣੀ ਮੁਸਕਰਾਉਂਦੀ ਹੈ ਤੇ ਉੱਥੇ ਪੰਡਾਲ ਦੇ ਵਿੱਚ ਪ੍ਰਗਟ ਹੁੰਦੀ ਹੈ, ਸਭ ਨੂੰ ਆਪਣੇ ਦਰਸ਼ਨ ਦਿੰਦੀ ਹੈ, ਸਭ ਤੋਂ ਨਾਰੇ ਦੀ ਭੇਟ ਲੈਂਦੀ ਹੈ ਤੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਕੇ ਮਾਤਾ ਰਾਣੀ ਲੋਪ ਹੋ ਜਾਂਦੀ ਹੈ। ਤਾਂ ਇਹ ਕਹਾਣੀ ਸੀ ਨੰਦ ਲਾਲ ਜਿੱਥੋਂ ਪਹਿਲਾਂ ਨਾਰੇ ਦੀ ਭੇਟ ਚੜਾਈ ਗਈ ਸੀ। ਪਹਿਲਾਂ ਜਾਗਰਣ ਹੁੰਦਾ ਸੀ ਕਾਲੀ ਮਾਤਾ ਦੀ, ਨੰਦ ਲਾਲ ਜੀ ਤੋਂ ਸ਼ੁਰੂ ਹੋਈ ਸੀ ਵੈਸ਼ਨੂੰ ਮਾਤਾ ਦੀ। ਪਹਿਲੇ ਚਾਰ ਦੁਆਰੀ ਦੇ ਅੰਦਰ ਗੋਬਰ ਦਾ ਲੇਪ ਕਰਕੇ ਜਾਗਰਣ ਕੀਤਾ ਜਾਂਦਾ ਸੀ, ਬੱਚਿਆਂ ਨੂੰ ਨਹੀਂ ਬਿਠਾਇਆ ਜਾਂਦਾ ਸੀ ਕਿਉਂਕਿ ਬੱਚੇ ਸੋ ਜਾਂਦੇ ਸੀ, ਅੱਜ ਕੱਲ੍ਹ ਤਾਂ ਵੱਡੇ ਵੀ ਸੋ ਜਾਂਦੇ ਨੇ। ਜੇਕਰ ਅਸੀਂ ਵਾਸ਼ਰੂਮ ਵਗੈਰਾ ਬਾਥਰੂਮ ਵਗੈਰਾ ਵੀ ਜਾਣਾ ਹੁੰਦਾ ਸੀਗਾ ਤਾਂ ਸਾਨੂੰ ਦੁਬਾਰਾ ਨਹਾ ਕੇ ਸ਼ੁੱਧ ਕੱਪੜੇ ਪਾ ਕੇ ਬਹਿਣਾ ਪੈਂਦਾ ਸੀ। ਦਰ ਕਾਲੇ ਬੱਕਰੇ ਦੀ ਭੇਟ ਚੜਾਈ ਜਾਂਦੀ ਸੀ। ਕਾਲੀ ਮਾਤਾ ਦਾ ਜਾਗਰਣ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਸਾਡੇ ਗੁਰੂ ਜੀ ਪੰਡਿਤ ਪ੍ਰਤਾਪ ਚੰਦ ਸ਼ਰਮਾ ਜੀ, ਜਾਂ ਤਾਂ ਉਹਨਾਂ ਨੇ ਕਾਲੀ ਮਾਤਾ ਦਾ ਜਾਗਰਣ ਕੀਤਾ ਜਾਂ ਉਹਨਾਂ ਦੇ ਉਸਤਾਦ ਜੀ ਸੀਗੇ ਸਮਾਣੇ ਮੰਡੀ ਲਾਲ ਮੰਡੀ ਵਾਲੇ ਖਰੈਤੀ ਲਾਲ ਜੀ, ਜਦੋਂ ਸਮਾਣ ਹਰਿਆਣਾ ਪੰਜਾਬ ਇੱਕ ਹੁੰਦਾ ਸੀ। ਕਿਉਂਕਿ ਜੇਕਰ ਸਾਡੇ ਤੋਂ ਕੋਈ ਗਲਤੀ ਹੋ ਜਾਏ ਤਾਂ ਸਾਨੂੰ ਜੋ ਵੀ ਮਹੰਤ ਹੁੰਦਾ ਉਸਨੂੰ ਵੀ ਆਪਣਾ ਜੋ ਖੂਨ ਹੈ ਮਾਤਾ ਰਾਣੀ ਜੋਤ ਨੂੰ ਚੜਾਉਣਾ ਪੈ ਜਾਂਦਾ ਹੈ, ਤਾਂ ਜਾ ਕੇ ਮਾਤਾ ਰਾਣੀ ਸ਼ਾਂਤ ਹੁੰਦੀ ਹੈ। ਇੱਕ ਵਾਰੀ ਸਾਡਾ ਰੋਕਲੇ ਜਾਗਰਣ ਸੀ, ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤਾਂ ਸਾਡੇ ਖੁਦ ਦੇ ਮਸਤਾਨਾ ਜੀ ਹੁੰਦੇ ਸੀਗੇ, ਹਰਮੋਨੀਅਮ ਵਜਾਉਂਦੇ ਸੀ। ਉਹ ਕਿਤੇ ਪੰਡਾਲ 'ਚ ਉੱਠ ਕੇ ਗਏ, ਟੋਇਲਟ ਵਗੈਰਾ ਗਏ ਹੋਣੇ, ਆ ਕੇ ਵਾਜਾ ਵਜਾਉਣ ਲੱਗੇ। ਮਾਤਾ ਰਾਣੀ ਗਰੋਪ ਹੋ ਗਈ, ਹਨੇਰੀ ਚੱਲ ਪਈ, ਮੀਂਹ ਚੱਲ ਪਿਆ ਤੂਫਾਨ ਦੀ ਤਰ੍ਹਾਂ, ਆਪਣਾ ਹੀ ਵਾਜਾ ਚੱਕ ਕੇ ਧਰਤੀ ਤੇ ਮਾਰਿਆ। ਸਾਡੇ ਉਸਤਾਦ ਜੀ ਨੂੰ ਪਤਾ ਲੱਗ ਗਿਆ ਸੀ ਵੀ ਕੋਈ ਇਸ ਤੋਂ ਗਲਤੀ ਹੋਈ, ਤਾਂ ਉਹਨਾਂ ਦੇ ਘਰਦਿਆਂ ਨੂੰ ਕਿਹਾ ਭਾਈ ਇਹਦਾ ਵਾਜਾ ਤੈਨੂੰ ਇੱਥੇ ਚੱਕ ਕੇ ਪੰਡਾਲ 'ਚ ਬਾਹਰ ਦਿੰਦਾ ਜਾਂਦਾ ਛਿੱਟਾ ਸਾਰੇ ਪੰਡਾਲ 'ਚ ਦੇ ਕੇ। ਫਿਰ ਵੀ ਮਾਤਾ ਰਾਣੀ ਸ਼ਾਂਤ ਨਹੀਂ ਹੋਈ ਤਾਂ ਉਹਨਾਂ ਨੂੰ ਆਪਣਾ ਹੱਥ ਵੱਢਣਾ ਪੈ ਗਿਆ ਸੀ, ਚਾਕੂ ਦੇ ਨਾਲ ਆਪਣਾ ਹੱਥ ਵੱਟ ਕੇ ਮਾਤਾ ਰਾਣੀ ਦੀ ਜੋਤ ਨੂੰ ਚੁੰਮਿਆ, ਤਾਂ ਜਾ ਕੇ ਮਾਤਾ ਰਾਣੀ ਸ਼ਾਂਤ। ਇਸੇ ਕਰਕੇ ਅੱਜ ਕੱਲ੍ਹ ਮਾਂ ਵੈਸ਼ਨੂੰ ਦੇ ਜਾਗਰਣ ਹੁੰਦੇ, ਕਿਉਂਕਿ ਡੱਲ ਜਿਹੜਾ ਹੈ ਤੁਹਾਨੂੰ ਦੱਸਾਂਗੇ, ਡੱਲ ਪਹਿਲਾਂ ਸਵਾ ਸਾਲ ਪਹਿਲਾਂ ਦਿੱਤਾ ਜਾਂਦਾ ਸੀ, ਹੁਣ 40 ਦਿਨ ਪਹਿਲਾਂ ਦਿੱਤਾ ਜਾਂਦਾ ਹੈ। ਹੁਣ ਤਾਂ 40 ਵੀ ਦਿਨ ਛੱਡੋ, ਜਿਸ ਦਿਨ ਜਗਰਾਤਾ ਹੁੰਦਾ ਅਗਲਾ ਉਸੇ ਦਿਨ ਡੱਲ ਫੜਾ ਦਿੰਦਾ। ਡੱਲ ਦੀ ਵੀ ਬੜੀ ਮਹੱਤਤਾ ਤੁਹਾਨੂੰ ਦੱਸਾਂਗੇ ਅਸੀਂ। ਹੁਣ ਵੈਸ਼ਨੂੰ ਮਾਤਾ ਦੇ ਜਾਗਰਣ ਹੁੰਦੇ ਹਨ ਤਾਂ ਨੰਦ ਲਾਲ ਨੂੰ ਮਾਤਾ ਰਾਣੀ ਨੇ ਵਚਨ ਕਰੇ ਸੀਗੇ ਵੀ ਜਿਹੜਾ ਵੀ ਮੈਨੂੰ ਤਨ ਮਨ ਧਨ ਨਾਲ ਨਾਰੀਅਲ ਦੀ ਭੇਟ ਚੜਾਏਗਾ ਮੈਂ ਉਸਦੀ ਮਨੋਕਾਮਨਾ ਪੂਰੀ ਕਰਾਂਗਾ। ਤਾਂ ਇੱਥੋਂ ਜੀ ਸ਼ੁਰੂ ਹੋਈ ਸੀ ਨਾਰੀਅਲ ਦੀ ਭੇਟ। ਠੀਕ ਹੈ ਜੀ, ਸਮਝ ਆ ਗਈ ਜੀ। ਜੈ ਕਾਰਾ ਸ਼ੇਰ ਵਾਲੇ ਛੋੜੇ ਖਜਾਨੇ ਕਿਉਂ ਬੁਝਦੀ ਨਾ ਪਿਆਸ ਹੈ, ਬੁਝਦੀ ਨਾ ਪਿਆਸ ਹੈ, ਬੁਝਦੀ ਨਾ ਪਿਆਸ ਹੈ, ਖੁਸ਼ੀ ਹੋ ਕੇ ਸੋਤਾ ਕਰੇ ਆਤਮਾ ਉਦਾਸ ਹੈ, ਆਤਮਾ ਉਦਾਸ ਹੈ, ਆਤਮਾ ਉਦਾਸ ਹੈ, ਜਾ ਰਹਾ ਹੈ ਦੁਨੀਆ ਸੇ, ਜਾ ਰਹਾ ਹੈ ਦੁਨੀਆ ਸੇ, ਪਾਸ ਦੇਣਾ ਥੇਲਾ ਹੈ, ਆਤਾ ਵੀ ਅਕੇਲਾ ਹੈ, ਜਾਤਾ ਵੀ ਅਕੇਲਾ ਹੈ, ਆਤਾ ਵੀ ਅਕੇਲਾ ਹੈ, ਤਭੀ ਅਕੇਲਾ ਹੈ। ਉਹ ਕਾਲ ਕਾ ਨਗਾਰਾ ਬਾਜੇ ਛੋੜ ਝੂਠੀ ਸ਼ਾਨ ਕੋ, ਛੋੜ ਝੂਠੀ ਸ਼ਾਨ ਕੋ, ਛੋੜ ਝੂਠੀ ਸ਼ਾਨ ਕੋ, ਕੁਛ ਪਲ ਬਚੇ ਹੈ ਬਗਲੇ ਚਪਲੇ ਮਾਂ ਕੇ ਨਾਮ ਕੋ, ਚਪਲੇ ਮਾਂ ਕੇ ਨਾਮ ਕੋ, ਚਪਲੇ ਮਾਂ ਕੇ ਨਾਮ ਕੋ, ਇਨ ਵੀਰਾਨ ਰਾਹੋ ਮੇ, ਇਨ ਵੀਰਾਨ ਰਾਹੋ ਮੇ, ਹਰ ਕੋਈ ਅਕੇਲਾ ਹੈ, ਆਤਾ ਵੀ ਅਕੇਲਾ ਹੈ, ਜਾਤਾ ਵੀ ਅਕੇਲਾ ਹੈ, ਆਤਾ ਵੀ ਅਕੇਲਾ ਹੈ, ਕਭੀ ਅਕੇਲਾ ਹੈ।
अपने बिना हो कछड़ी तू खोल दे, कछड़ी तू खोल दे, कछड़ी तू खोल दे, कहता पर पाप जो भी वही सच बोल दे, यही सच बोल दे, यही सच बोल दे, कपलत को छोड़ कपले, कपलत को छोड़ कपले, जाना भी अकेला है, आता भी अकेला है, जाता भी अकेला है, आता भी अकेला है, जाता भी अकेला है, जिंदगी ने तेरे संग, जिंदगी ने तेरे संग कैसा खेल खेला है, आता भी अकेला है, जाता भी अकेला है, आता भी अकेला है, जाता भी अकेला है, गुरु जी जो आप तारा रानी कथा शुरू कर दे ना महंत जी दे वस्त्र होते हैं इस हिंदुस्तान की धरती ते लकाई पीरा पगंबरा ने गुरुआ ने ऋषि मुनिया ने देवी देवत्या ने जन्म लिया इसे तरह ही एक तिल खंड का राजा महाराजा स्पर्श होया है बड़ा ही प्रतापी राजा प्रजा की सेवा करने वाला राजा जिस दे राज विच सारी प्रजा खुश सी पर राजा रानी नूं एक गल अंदरों ही अंदरों खा रही सी ओ लाल 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 इस साडे कोल इन्ना राजपाठ इन्नी धन दौलत इन्नी शोहरत होंदे होए भी जेकर इस नूं कोई संभालने वाला नहीं है तो इस राजपाठ दा असीं की करना एक दिन राजे दे मन विच विचार आता है राजा अपने सलाहकारां नाल सलाह करता है कि कोई तां तरीका कोई तां व्यूह होवेगी जो साडे पति पत्नी दोवां दे कर्मां दे विच औलाद दा सुख होवे तां सलाहकार पंडतां नूं बुलांदे हन जोशियां नूं बुलांदे हन सब दी सलाह लई जांदी है तां सब दा इक्को ही विचार हुंदा हे राजा इस दुनिया दे विच इक दीन दयालू है तां माता रानी जेकर तू किसी भी तरीके नाल माता रानी नूं मना लवे तो हो सकता है तेरे कर्मां दे विच औलाद दा सुख होवे आखो जय माता दी जय कारा शेरां वाली दा गूंगे बेशक ना बोलन जय कारा शेरां वाली दा मुड़ सच्चे दरबार की जेकर तू किसी भी तरीके नाल माता रानी नूं मना लवे तेरे कर्मां दे विच औलाद दा सुख हो सकदा है राजा पड़ता दे कहण ते जोशियां दे कहण ते जागरण मचा देता है हवन करा लेता है दान पुण करता है गरीबा की मदद करता है कन्यावां दे ब्याह करवाता है कुछ समय उपरांत राजा रानी नूं माता रानी दे सपने च दर्शन होंदे हन हे राजा मैं तेरी भक्ति तो खुश हां मैं ही तेरे घर कन्या दा रूप लेके आवांगी आखो जय माता दी हे कारा शेरा वाली दा बोल सच्चे दरबार की जय समय प्राप्त राजे ने करे एक कन्या का जन्म होता है सुंदर शशीर कन्या चेहरे से प्रताप होता है तारिया की छावे हेठा कन्या का जन्म होता है कन्या का नाम तारा रखा जाता है जय कारा शेरा वाली दा बोल सच्चे दरबार की जय कहते हैं जिथे माता गोरा जाती है तो माता काली भी उत्थे जरूर जाती है कुछ समय बाद राजे ने करे एक होर कन्या का जन्म होता है कन्या रंग की सावली होती है चेहरे की रूप होती है राजे के मन में शंका पैदा हो जाती है एक कन्या मेरी इतनी सुंदर सुशील प्रतापी कन्या एक चेहरे की रूप रंग की सावली भी कोई ना कोई कारण है सलाहकारों को बुलाया जाता है जोशियों को बुलाया जाता है पापा का भागी नहीं होना चाहता
कोई होर ढंग होगा, कोई होर तरीका होगा जो मैं इस कन्या की हत्या तो बचाया जा सके। तो राजा तू इस तरह कर, एक लकड़ की संदूक तैयार कर, कुछ हीरे जवाहरात संदूक विच पा दे, कुछ हीरे जवाहरात संदूक ते जड़ा के कन्या नु विच पा के रात दे समय च नदी च बहा दे। ता राजा जोशिया दे कहते गल मान लैंदा है, पर राजे दे मन च जो छक्का हुंदी है, हे महाराज मैं इस तरह का कर देना, पर मैनु इस चीज की समझ नहीं आ रही। एक कन्या मेरी इतनी सुंदर सुशील प्रतापी कन्या, एक चेहरे दी रूप रंग दी सावली, की कारण है? कोई ना कोई तो गल होगी। तो जोशी राजे नु कहते हैं, हे राजा तेनू मैं दोवां भैणा दी पिछले तीन जन्मां दी कहानी सुनाण लग्या। खारा शेरा वाली दा बोल सच्चे दरबार की कहानी बैकग्राउंड चलेगी, ध्यान देना ठीक है जी। जे मैं भूल गया तुहाडे कोई पुछना ध्यान रखियो। खारा शेरा वाली दा बोल सच्चे दरबार की जय हो। जोशी अंतर ध्यान होंदे हन ते राजे नु कहते हैं, हे राजा पिछले जन्म च रेणका और मेनका सन, इंदर दरबार दे विच नृत्य करिया करदियां सन। इन्हां दा नृत्य देखण, इन्हां दी भजन बंदगी भजन सुनण वास्ते दूरों दूरों देवी देवता ऋषि मुनि हूं मां के पौंदे सन। एक दिन इंदर दा दरबार लग्या होंदा है, सारे ऋषि मुनियां नूं न्योता दित्ता होंदा है, पर किसे कारण दोवें भैणां इंदर दरबार विच देरी नाल पहुंचदियां हन, जिस कारण ऋषि जो बहुत गुस्से वाले होते हैं गुस्सा आ जाता है, अपनी कला ते इन्ना हंकार हो गया, तुसी साडी इज्जत भी नहीं रखी, ऋषि मुनिया का मान मर्यादा भी नहीं रखिया, भी तुसी स्वर्ग से रहने के काबिल नहीं हो। ऋषि जी रेणका और मेनका नूं श्राप दे दिंदे हन भी वरन उपरांत तुहाडा जो जन्म है मृत लोक ते होवे। मृतलोक गुरु जी यही है, इत्थे जेड़ा भी आया उन्हें एक दिन जाना ही जाना। तो दोवे पैना दा जन्म एक ब्राह्मण दे घर हो जाता है। शगन से मगन दोवे पैना दा नाम रखा है, बड़ी शगन होती है छोटी मगन होती है। दोवे पैना इकाशी दा वर्त रखा कर दिया सब, इकाशी दा वर्त होता है। तो शगन मगन नूं कहिंदे मगन भी शाम का वेला होने वाला है, तू इस तरह कर, तू बाजारों जाके कुछ फल फ्रूट ले ताजो आपा समय उपरांत वर्त खोल सकी, वर्त दा उदापन कर सकी। तो छोटी भैन वड्डी भैन की गल मन के बाजार वल चल पैंदी है। कहिंदे उस वेले बाजार बहुत दूर होंदे सन, जंगलां दा रस्ता तय करके बाजारां च जाया जांदा सी। जो मगन बाजार विच पहुंचती है, एक तो उसने वर्त रखा होता है, थक जाती है, तो की देखती है बाजार दे विच एक बड़े कड़ाए दे विच मच्छी दे पकौड़े बन रहे होंदे हन। विपरीत बुद्धि विनाश काले, तो कुछ सोचती नहीं समझती नहीं, आप तो मच्छी दे पकौड़े खा लेती है, अपनी वड्डी भैन लई भी मच्छी दे पकौड़े पैक करा लेती है। घरे पहुंचती है, दरवाजा खड़कती है, भैने मैं आ गई हूं। तो छगन मगन नूं कहती है, पहली बहुत देर हो गई है, तू जल्दी आ, जो भी फल फ्रूट लिया मेरे झोली च पा दे। जो छोटी भैन वड्डी भैन की झोली च मच्छी के पकौड़े पा दिंदी है, तो उसनूं गुस्सा आ जाता है भी तू एक ब्राह्मण के घर जन्म लैके नीच कर्म किया है, तेनूं शर्म नहीं आई, तेनूं लज्जा नहीं आई। हे भैने जंगल का रस्ता तय करके मैं बाजार पहुंची सी, वर्त रखा हुआ सी, उपरों मैं थक गई सी, मेरा दिमाग काम नहीं किया, मैं आप मच्छी के पकौड़े खा ले, तेरे लिए भी ले आई। जो इतनी गल छोटी भैन वड्डी भैन नूं कहती है, तो वड्डी भैन नूं होर गुस्सा आ जाता है, जा नीच नहीं, तू एक ब्राह्मण के घर जन्म लैके नीच कर्म किया है, तू छिपकली जूल च पै गई। तो छोटी भैन वड्डी भैन दे पैरां च डिग जांदी है, भैणे वड्डी भैन तां मां बराबर होंदी है, जे मेरे तो एक छोटी जी गलती होई सी, तू मेरे थप्पड़ मार लैंदी, दो मैनूं गालां कढ लैंदी, पर तू मैनूं एक निक्की जी गल दी इतनी वड्डी सजा क्यों दित्ती है? तां वड्डी भैन नूं छोटी भैन ते तरस आ जांदा, भैणे
तलूशी चो निकलिया होया तीर ते दित्ता होया शराब तां वापस नहीं आ सकदा। हां तैनू इक वरदान भी देती है, जेकर तू किसे दी जान बचाउण लई अपनी जान कुर्बान करेगी तां तेरी जो इस चिपकली दी जून है कट्टी जावेगी। आखो जय माता दी, समझ आ रहा जी सब नूं? जयकारा शेरां वाली दा बोल सच्चे दरबार की जय। गुगे बेशक ना बोलण बोल सच्चे दरबार की जय। जयकारा शेरां वाली दा बोल सच्चे दरबार की जय। ता छोटी भैण मरण उपरांत एक दरख्त के उत्ते छिपकली वड़ के विचरन लग जाती है। कहते हैं वो जो दरख्त होता है पेड़ होता है वो गोश ऋषि के आश्रम के विच होता है, जिन्हां दे लखां हजारां चेले होंदे हन। सब चेलियां ने दरख्तां दे आसे पासे थड़ा बना के धूना ला के तपस्या करया करते सब, ते उसी दरख्त ते छिपकली जो होंदी है विचरी होंदी है मगन जो गोश ऋषि जी होते हैं आश्रम के विच सोमावती वापस नूं भंडारा करया करदे सन। इसे तरह सारे उन्हां दे जो भी चेले बालक होते हैं ऋषि मुनि होते हैं थड़िया के उत्ते बैठ के तपस्या कर रहे होते हैं, धूनिया लाइया होंदिया हैं। दोपहर का समा होंदा है, एक प्यासी गऊ आती है, एक ऋषि के करमंडल के विच जदों पानी पीण लगती है ਤਾਂ ਕਰਮੰਡਲ ਦਾ ਮੂੰਹ ਛੋਟਾ ਹੋਣ ਕਰਕੇ ਥੜੇ ਤੋਂ ਹੇਠਾਂ ਗਿਰ ਜਾਂਦਾ ਹੈ ਤੇ ਰਿਸ਼ੀ ਦੀ ਅੱਖ ਖੁੱਲ ਜਾਂਦੀ ਹੈ। ਉਹ ਰਿਸ਼ੀ ਕੁਝ ਸੋਚਦਾ ਨਹੀਂ ਸਮਝਦਾ ਨਹੀਂ, ਗਰਮ ਗਰਮ ਚਿਮਟਾ ਧੂਣੇ ਚ ਕੱਢਦਾ ਹੈ ਤੇ ਗਊ ਨੂੰ ਮਾਰਨਾ ਸ਼ੁਰੂ ਕਰ ਦਿੰਦਾ। ਗਊ ਰੋਂਦੀ ਹੈ, ਕੁਰਲਾਉਂਦੀ ਹੈ ਤਾਂ ਗੁਰੂ ਜੀ ਦੇ ਜੋ ਚੇਲੇ ਹੁੰਦੇ ਗੁਰੂ ਜੀ ਨੂੰ ਬੁਲਾ ਕੇ ਲਿਆਉਂਦੇ ਹਨ ਤਾਂ ਗੁਰੂ ਜੀ ਕਹਿੰਦੇ ਹਨ ਇੱਕ ਰਿਸ਼ੀ ਮੁਨੀ ਚ ਤਾਂ ਇੰਨਾ ਗੁੱਸਾ ਨਹੀਂ ਹੋਣਾ ਚਾਹੀਦਾ, ਰਿਸ਼ੀ ਮੁਨੀ ਤਾਂ ਸ਼ਾਂਤ ਸੁਭਾਅ ਦੇ ਹੁੰਦੇ ਹਨ। काबिल नहीं है, अज तो बाद तू मेरे आश्रम बाहर निकल। गुस्से का भरिया चेला आश्रम विचों बाहर निकल जाता है ते ना दे जगना च धूना ला के बैठ जाता है कि कदों ऐसा समा आवेगा कि मैं अपने गुरु जी तो अपने अपमान का बदला ले सकूं। आखो जय माता दी, जय माता दी, जयकारा शेरां वाली दा बोल सच्चे दरबार की जय। तो सोमावती वापस जो आ जाती है आश्रम के विच कई तरह के पकवान भंडारे बन रहे होंगे, एक उसी तरह से जिसे छिपकली बन के विचरी होती है छगन छगन मगन, छोटी भैन जो उत्थे मगन विचर रही होंगी है चिपकली बन के, तो उसी तरह से एक बड़े कड़ाए दे खीर बन रही होंगी। तो जो नाल दे चक्कर च गुस्से दा भरिया चेला जो अपने गुरु जी तो अपमान का बदला लैन दी सभा पाल रहा होंगे कदों तो समा आवे तो मैं अपने उस्ताद जी तो अपने गुरु जी तो बदला लै सका, तो उसनों मौका मिल जाता है। तो वह की करता है एक हिल का रूप धार लेता है, इलता रूप धार के मरिया हुआ सप बदिया च लैके उसी दरख्त ते बैठ जाता जिथे वह छिपकली विचरी होती है। छिपकली सब देख रही होती नीचे एक वड्डे कड़ाए च खीर बन रही है, उपर इल मरिया हुआ सप उहदे पत्तिया च लैके बैठे भी दाल च कोई ना कुछ काला है। जदों गुरु जी दे चेले खीर ते कड़ाए तो परा होंदे हन इधर उधर होंदे हन तां इल मरिया हुआ सप जो है खीर ते कड़ाए च गिर जाती है। सप का जो शरीर है पिंजर है जो भारा होने करके खीर के डुब जाता है, तो यह सब कुछ छिपकली देख रही होती है कि जेकर इस खीर को गुरु जी के चेलिया ने खा लिया तो जहर के नाल सब मर जाएंगे। तो उसको अपनी भैन की कही गल याद आ जाती है कि किसी के परोपकार करेगी या किसी की जान बचाने अपनी जान कुर्बान करेगी तो उसकी जो छिपकली की यह जून है कट्टी जाएगी। आपको जय माता दी, जय माता दी, कारा शेर वाली दा बोल सच्चे दरबार की जय। आप किसी भी जीवन च होइए मरण का दिल किसी का नहीं करना, चाहे वह खिली है चाहे छिपकली है चाहे घोड़ा है। तो छिपकली की करती अपनी भैन की गल याद करती है खीर के कड़ाए भी चाहे भी छाल मार दी। आखो जय माता दी, जय माता, जय कारा शेरां वाली दा बोल सच्चे दरबार की जय। जो गुरु जी के चेले खीर के कड़ाई को लाते हैं तो की देखते हैं खीर के विच छिपकली तर रही होती है, गुरु जी को बुलाया जाता है तो गुरु जी खीर के विच छिपकली को देख के गुस्से में आ जाते हैं, जा नीचे
तू एक चिपकली दी जूड़ी च होके मुंह के बीच गर्म किता है मरण उपरांत तेरा जो जन्म है नीचा दे घर होता है मिट्टी पा दो खीर खा के कोई जानवर ना मर सके तो जो गुरु जी के चेले वड्डा जा खड्डा पट के खीर नूं उल्टा रहे हुंदे हन हेठों देख मरिया होया सब निकल आता है गुरु जी नूं फिर बुलाया जांदा है गुरु जी अंतर जापी होते हैं सब समझ जाते हैं छिपकली ने साड़ी जान बचा ली अपनी जान कुर्बान की सी पर मैं इसनों शराब दे दिता तो उत्ते गुरु जी कहते हैं दिता शराब तो वापस नहीं आ सकता पर जूड़ी तेरे घरे आई तू इस मरवा दे जा फिर एक लकड़ी की संदूक पा के नदी चाहिए राजा की करता है संदूक तैयार करता है हीरे जवाहरात विच पा देता है कुछ बाहर जला देता है कन्या ने संदूक विच पा के ढाई दिन के समय च नदी च बहा देता है कुछ को दूरी ते जाके एक पत्थर दे नाल अटक के संदूक जो है रुक जाती है सवेर दा वेला होंदा एक पंडित जी उस नदी च इशनान करया करदे सन जदों इशनान कर रहे होंदे हन तां उहनां दी जो निगाह है संदूक ते पैंदी है ਉਹ ਦੇਖਦੇ ਹਨ ਵੀ ਲੱਕੜ ਦੇ ਸੰਦੂਕ ਹੈ ਕਾਫੀ ਹੀਰੇ ਜਵਾਹਰਾਤ ਜੜੇ ਹੋਏ ਹਨ ਤੇ ਵਿੱਚ ਪਤਾ ਨਹੀਂ ਖੋਰੇ ਕੀ ਕੁਝ ਹੋਵੇਗਾ ਸਰੀਰ ਤੇ ਭਾਰੇ ਹੋਣ ਕਰਕੇ ਉਹ ਤੈਰ ਨਹੀਂ ਸਕਦੇ ਸੰਦੂਕ ਤੱਕ ਪਹੁੰਚ ਨਹੀਂ ਸਕਦੇ ਤਾਂ ਉਹ ਕੀ ਦੇਖਦੇ ਹਨ ਇੱਕ ਨਾਲ ਲੱਕੜਹਾਰਾ ਹੁੰਦਾ ਭੀਲ ਹੁੰਦਾ ਲੱਕੜਾਂ ਵੱਢ ਰਿਹਾ ਹੁੰਦਾ ਤਾਂ ਉਹ ਭੀਲ ਨੂੰ ਆਵਾਜ਼ ਪੜਦਾ ਹੇ ਭੀਲਾ ਜੇਕਰ ਤੂੰ ਕਿਸੇ ਤਰੀਕੇ ਨਾਲ ਉਸ ਸੰਦੂਕ ਨੂੰ ਗੱਡੇ ਲਾ ਲਵੇ ਉਹਦੇ ਜੋ ਬਾਹਰ ਜੜਿਆ ਉਹ ਸਭ ਤੇਰਾ ਨਹੀਂ ਜੋ ਉਹਦੇ ਅੰਦਰ ਹੋਵੇਗਾ ਉਹ ਸਭ ਤੇਰਾ ਜੋ ਬਾਹਰ ਜੜਿਆ ਹੋਵੇਗਾ ਪੰਡਿਤ ਜੀ ਦੇਖੋ ਕਿੰਨੇ ਸਿਆਣੇ ਹੁੰਦੇ ਜੋ ਅਸੀਂ ਦਿਖਦੀ ਕਰਦੇ ਉਹ ਤਾਂ ਮਿਲੇਗੀ ਅੰਦਰ ਹੋਏ ਜਾਂ ਨਾ ਹੋਏ ਕੀ ਕਿਸਮਤ ਸਿਆਣੇ ਹੁੰਦੇ ਪੰਡਿਤ ਜੀ ਸਾਡੇ ਵਰਗੇ ਪੈਸੇ ਇਕੱਠੇ ਕਰਦੇ ਰਹਿੰਦੇ ਹਨ ਜੈ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਜੀ ਪੰਡਤਾਂ ਨੂੰ ਜਿੰਨਾ ਤੁਸੀਂ ਦਿਓਗੇ ਤੁਹਾਨੂੰ ਸੌ ਗੁਣਾ ਵਧਣਾ ਹੀ ਹੈ ਦਾਨ ਬਚਾਉਣਾ ਕੋਈ ਸੌਖੀ ਗੱਲ ਨਹੀਂ ਹੈ ਨਾ ਗੁਰੂ ਜੀ ਸਹੀ ਕਹਿ ਰਹੇ ਨਾ ਮੈਂ ਦਾਨ ਬਚਾਉਣਾ ਸੌਖੀ ਗੱਲ ਨਹੀਂ ਹੈ ਜੀ बहुत मंत्र सानू ध्याने पैंदे बहुत मंत्र पढ़ने पैंदे बहुत तपस्या करनी पैंदी दान बचा ले जय कारा शेरा वाली दा बोल सच्चे दरबार की जय जदों भीत संदूक नु कंडे ला लैंदा है संदूक नु खोलदा है ता की देखदा है कि छोटी जी कन्या अपने खुप्पे पैर दा अंगूठा चूस रही हुंदी है भील कुछ सोचदा नहीं समझदा नहीं कन्या नु गोदी चुंदा है ते भज्जा भज्जा घरे जांदा है हे भलिए लोके देख मैं तेरे लिए की लेके आया जो भीलनी भील दे हाथ दे विच कन्या नु देखदी है बेशक साडे कोई औलाद नहीं है इदा ए मतलब नहीं तू किसी दा भी बच्चा चुक लिया तां भील भीलनी नु सारी गल समझांदा है वी ए कन्या सानू माता राणी ने दित्ती है ਤਾਂ ਭੀਲਣੀ ਭੀਲ ਨੂੰ ਕਹਿੰਦੀ ਹੈ ਵੀ ਮਾਤਾ ਰਾਣੀ ਨੇ ਸਾਨੂੰ ਕੰਨਿਆ ਤਾਂ ਦੇ ਦਿੱਤੀ ਪਰ ਇਸ ਦਾ ਪਾਲਣ ਪੋਸ਼ਣ ਕਿੱਥੋਂ ਕਰਾਂਗੇ ਮੇਰੀ ਛਾਤੀ 'ਚ ਤਾਂ ਦੁੱਧ ਨਹੀਂ ਦੇਈ ਹੇ ਭੀਲਣੀ ਜਿਸ ਮਾਤਾ ਰਾਣੀ ਨੇ ਸਾਨੂੰ ਕੰਨਿਆ ਦਿੱਤੀ ਹੈ ਇਸ ਦੇ ਪਾਲਣ ਪੋਸ਼ਣ ਦਾ ਵੀ ਸੋਚਿਆ ਹੋਵੇਗਾ ਜਦੋਂ ਭੀਲ ਭੀਲਣੀ ਦੋਨੇ ਹੱਥ ਜੋੜ ਕੇ ਮਾਤਾ ਰਾਣੀ ਨੂੰ ਯਾਦ ਕਰਦੇ ਹਨ ਤਾਂ ਕਹਿੰਦੇ ਹਨ ਰੁਕੀ ਹੋਈ ਛਾਤੀ 'ਚ ਦੁੱਧ ਆ ਜਾਂਦਾ ਹੈ ਕੰਨਿਆ ਦਾ ਨਾਮ ਰੁਕੋ ਰੱਖਿਆ ਜਾਂਦਾ ਹੈ ਰੁਕਮਣ ਰੱਖਿਆ ਜਾਂਦਾ ਹੈ ਆਖੋ ਜੈ ਮਾਤਾ ਦੀ ਜੈ ਮਾਤਾ ਜੈ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਸੋਰ ਵਾਲੋ ਕੀ ਜੋ ਸੁੱਤੇ ਹੋਏ ਐ ਬੋਲ ਸੱਚੇ ਦਰਬਾਰ ਕੀ ਜੈ ਇਸੇ ਤਰ੍ਹਾਂ ਹੀ ਦੇਖੋ ਇੱਕ ਰਾਜੇ ਦੀਆਂ ਦੋ ਕੰਨਿਆ ਇੱਕ ਮਹਿਲਾ ਵਿੱਚ ਬੰਦ ਰਹੀ ਹੈ ਇੱਕ ਝੁੱਗੀਆਂ ਝੋਪੜੀਆਂ ਚ ਬੰਦ ਰਹੀ ਹੈ ਇੱਕ ਵੱਲ ਸਵੰਦੇ ਪਕਵਾਨ ਖਾ ਰਹੀ ਹੈ ਇੱਕ ਸੁੱਕੀਆਂ ਰੋਟੀਆਂ ਖਾ ਕੇ ਗੁਜ਼ਾਰਾ ਕਰ ਰਹੀ ਹੈ ਇੱਕ ਵੱਲ ਸਵੰਦੇ ਪਹਿਰਾਵੇ ਪਾ ਰਹੀ ਹੈ ਇੱਕ ਫਟੀਆਂ ਲੀਰਾ ਪਾ ਕੇ ਗੁਜ਼ਾਰਾ ਕਰ ਰਹੀ ਹੈ ਕਰਮ ਵੱਖੋ ਵੱਖੋ ਇਸੇ ਲਈ ਕਹਿੰਦੇ ਆ ਆਪਣੇ ਕਰਮ ਸਹੀ ਰੱਖੋ ਜੇਕਰ ਤੁਸੀਂ ਰੱਬ ਨੂੰ ਪਾਣਾ ਕਰਮ ਗਲਤ ਨਾ ਕਰੋ ਕਰਮ ਆਪਣੇ ਸਹੀ ਰੱਖੋਗੇ ਪਰਮਾਤਮਾ ਤੁਹਾਡਾ ਆਪਣੇ ਆਪ ਸਾਥ ਦੇਵੇਗਾ ਦਾਨ ਪੁੰਨ ਕਰੋਗੇ ਉਹ ਆਪਣੇ ਆਪ ਸਹਾਈ ਹੋਵੇਗਾ ਜੇ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਖਾਸ ਕਰਕੇ ਜਿੱਥੇ ਕੋਈ ਕੰਨਿਆ ਦਾ ਵਿਆਹ ਹੁੰਦਾ ਹੋਵੇ
जो तारा राणी का विआह है हस्तनापुर जिन्हों आप दिल्ली भी कहने हस्तनापुर के राजा हरिश्चंद्र नाल हो जाता है रुकमा का विआह हस्तनापुर के लागे पिंडी च हो जाता है। तारा राणी जो होंगी है माता राणी की पत्नी होंगी है राजा हरिचंदन के महल के तारा राणी ने एक मंदिर बनाया हुआ सी मंदिर विच भेटा करती सी आरती करती सी ते उस जो मंदिर की सेवा रुकमा की सस करया करती सी ता एक दिन रुकमा की सस रुकमा नूं कहंदी है रुकमा भी मेरी वृद्ध अवस्था हो गया हूं मेरे गोडे काम नहीं करते तारा राणी के महल च मेरे को जाया नहीं जाता घर का काम मैं संभाल लगी तू तारा राणी के मंदिर की सेवा कर तू जाया कर। अगले ही दिन रुकमन नात होकर तैयार होती है तारा राणी के महल च पहुंच जाती है मंदिर की सेवा कर रही होती है जो तारा राणी मंदिर के कोलो गुजरनी होती है तो उसकी निगाह जो है रुकमन से पैंदी है आखो जय माता जय कारा शेरा वाली का बोल सच्चे दरबार की जय तारा राणी भजी भजी जाती है रुकमन गाना ला लेती है रुकमन डर जाती है महिला की राणी महाराणी ने मेनू गल ना लाया खोरे मेरे तो कोई गलती हुई हो तारा राणी के पैर च गिर जाती है हे महाराणी जे मेरे तो कोई गलती हुई तो मेनू माफ कर तारा राणी कहती है रुकमन तेरे तो कोई गलती नहीं हुई तू मेरी भैन है तू मेरी बचपन की बिछड़ी हुई भैन है तो रुकमन को समझ नहीं आती रुकमन तारा राणी सारी गल समझाती है जिंदगी दे विच तैनू किसी भी चीज की लोड़ होए झिझकी ना बेशक मेरे तो मंग ली पैसे तेरे किसी भी चीज की लोड़ पर एक ध्यान रखी यह गल तेरे ते मेरे विच रहे जे इस गल की भनक राजे नूं लग गई तो राजा बहुत गुस्से वाला है हो सकता है तेनू मौत की सजा दे दी जाए जे कारा शेरा वाली का बोल सच्चे दरबार की जय। जो तारा राणी फिर रुकमन नूं कहंदी वी तू कोई झिझकी ना जो भी तेनू चाहिए मेरे तो मंग ले तो रुकमन के अखा च अथरू आ जाते हैं फुट फुट के रोन लग जाती है रुकमन तारा राणी रुकमन कहती है रुकमन की गल है तू इतना रो क्यों रही है तारा राणी रुकमन तारा राणी कहती है हे महाराणी अज मेरे विआह नूं 12-13 साल हो गए पर मेरी गोद च कोई औलाद नहीं तारा राणी माता राणी की पत्नी होती है रुकमन कहती है रुकमन तू इस तरह कर जिस मंदिर की तू सेवा कर रही है माता राणी की सेवा कर रही है अगे हाथ जोड़ के अरदास कर तेरी गोदी च जरूर औलाद का सुख हो रुकमन माता राणी अगे हाथ जोड़ के अरदास करती हे मां जेकर तू मेरे पुत्र की दात बख्शेगी मैं तेरा जागरण करवावांगा तुहानू मैं पहले भी दस्सिया सी उस वेले काली माता के जागरण होंदे सी गरीब बंदे वास का कम नहीं होता जागरण बहुत पैसा लगता तारा राणी माता राणी की पत्नी होती है अंदरों अंदरी सब समझ जाती है अंदरों अंदरी मुस्कुराती है भी रुकमन ने एक पुत्र के मोह के इतनी वड्डी सुपना सुख ली है माता राणी का जागरण समय उपरांत रुकमन के घरे पुत्र का जन्म होता है रुकमन का बेटा 5 साल का हो जाता है पर रुकमन जागरण करवाना भूल जाती है ठुमरी आ जा जल्दी ओ ठुमरी
ਡੁਮਰੀ ਰੁਕਮਨ ਦਾ ਬੇਟਾ 5 ਸਾਲਾਂ ਦਾ ਹੋ ਜਾਂਦਾ ਹੈ ਪਰ ਰੁਕਮਨ ਜਾਗਰਣ ਕਰਵਾਉਣਾ ਭੁੱਲ ਜਾਂਦੀ ਹੈ। ਕਹਿੰਦੇ ਹਨ ਮਾਤਾ ਰਾਣੀ ਹੱਦ 5 ਸਾਲ ਵੇਟ ਕਰਦੀ ਹੈ, ਜੇਕਰ ਤੁਸੀਂ ਉਹਦੀ ਸੁਪਨਾ ਨਹੀਂ ਦਿੰਦੇ ਘਰ ਦੇ ਵਿੱਚ ਦਰਿਦਰੀ ਕਲੇਸ਼ ਬਿਮਾਰੀਆਂ ਬਿਜ਼ਨਸ ਠੱਪ ਹੋ ਜਾਂਦੇ ਹਨ ਤਾਂ ਬੰਦਾ ਰਾਜੇ ਤੋਂ ਰੰਗ ਤੇ ਆ ਜਾਂਦਾ ਹੈ। ਜੇਕਰ ਅਸੀਂ ਮਾਤਾ ਰਾਣੀ ਸੁਪਨਾ 5 ਸਾਲਾਂ ਦੇ ਅੰਦਰ ਅੰਦਰ ਨਹੀਂ ਦਿੰਦੇ ਤਾਂ ਮਾਤਾ ਰਾਣੀ ਲੰਗਰ ਵੀ ਨੂੰ ਕਹਿੰਦੀ ਹੈ, ਲੰਗਰ ਵੀ ਰੁਕਮਨ ਨੇ ਮੇਰੇ ਤੋਂ ਪੁੱਤਰ ਦੀ ਦਾਤ ਲਈ ਸੀ, ਅੱਜ 5 ਸਾਲ ਹੋ ਗਏ ਪਰ ਉਸਨੇ ਮੇਰਾ ਜਾਗਰਣ ਨਹੀਂ ਕਰਵਾਇਆ। ਤੂੰ ਉਹਦੇ ਪਿੰਡ ਜਾ, ਉਹਨੂੰ ਜਾ ਕੇ ਯਾਦ ਤਾਂ ਕਰਵਾ। ਲੰਗਰ ਵੀ ਰੁਕਮਨ ਦੇ ਪਿੰਡ ਪਹੁੰਚਦਾ ਹੈ ਤੇ ਰੁਕਮਨ ਦਾ ਜੋ ਬੇਟਾ ਹੁੰਦਾ ਆਪਣੇ ਸੱਖਾਂ ਨਾਲ ਆਪਣੇ ਦੋਸਤਾਂ ਨਾਲ ਖੇਲ ਰਿਹਾ ਹੁੰਦਾ ਹੈ ਤਾਂ ਉਸਨੂੰ ਆਪਣਾ ਰੂਪ ਦਿਖਾ ਦਿੰਦਾ। 5 ਸਾਲ ਦਾ ਬੱਚਾ ਲੰਗਰ ਵੀ ਨੂੰ ਦੇਖ ਕੇ ਡਰ ਜਾਂਦਾ ਹੈ, ਕੁਛ ਬੋਲਦਾ ਨੀ, ਕੋਈ ਚਾਲਦਾ ਨੀ, ਕੁਛ ਖਾਂਦਾ ਨੀ, ਕੁਛ ਪੀਂਦਾ ਨੀ। ਰੁਕਮਨ ਦਰ ਦਰ ਭਟਕਦੀ ਆ, ਹਕੀਮਾਂ ਕੋਲ ਜਾਂਦੀ ਹੈ, ਜੋਸ਼ੀਆ ਕੋਲ ਜਾਂਦੀ ਹੈ, ਪਰ ਕਿਤੇ ਵੀ ਕੋਈ ਇਲਾਜ ਨਹੀਂ ਹੁੰਦਾ। ਉਸਨੂੰ ਆਪਣੀ ਭੈਣ ਦੀ ਕਹੀ ਗੱਲ ਯਾਦ ਆ ਜਾਂਦੀ ਹੈ ਵੀ ਕਿਸੇ ਵੀ ਚੀਜ਼ ਦੀ ਲੋੜ ਹੋਏ ਤਾਂ ਮੇਰੇ ਕੋਲ ਆ ਜਾਵੀ। ਤਾਂ ਰੁਕਮਨ ਤਾਰਾ ਰਾਣੀ ਕੋਲ ਜਾਂਦੀ, ਹੇ ਮਹਾਰਾਣੀ ਮੇਰੇ ਬੇਟੇ ਨੂੰ ਖੋਰੇ ਕੀ ਹੋਇਆ, ਨਾ ਕੁਛ ਬੋਲਦਾ, ਨਾ ਕੁਛ ਚਾਲਦਾ, ਨਾ ਕੁਛ ਖਾਂਦਾ, ਨਾ ਕੁਛ ਪੀਂਦਾ ਹੈ। ਹਕੀਮਾਂ ਕੋਲ ਜਾਈ, ਜੋਸ਼ੀਆ ਕੋਲ, ਪੜਵਾ ਕੋਲ, ਸਭ ਪਾਸੇ ਜਾਈ, ਪਰ ਕਿਤੇ ਵੀ ਕੋਈ ਇਲਾਜ ਨਹੀਂ ਹੈ। ਆਖੋ ਜੈ ਮਾਤਾ ਦੀ, ਜੈ ਕਾਰਾ ਸ਼ੇਰਾਂ ਵਾਲੀ ਦਾ। ਸਮਝ ਆ ਰਹੀ ਸਭ ਨੂੰ ਰੁਕਮਨ ਜਾਂਦੀ ਹੈ ਸੱਚੇ ਦਰਬਾਰ ਕੀ, ਤਾਂ ਤਾਰਾ ਰਾਣੀ ਰੁਕਮਨ ਨੂੰ ਯਾਦ ਕਰਾਉਂਦੀ ਹੈ। ਰੁਕਮਨ ਤੂੰ ਕੋਈ ਸੁਪਨਾ ਤਾਂ ਨੀ ਸੁੱਖੀ ਸੀ, ਤੇਰੇ ਤੋਂ ਕੋਈ ਭੁੱਲ ਤਾਂ ਨੀ ਹੋਈ। ਤਾਂ ਰੁਕਮਨ ਨੂੰ ਯਾਦ ਆਉਂਦਾ ਹੈ ਵੀ ਮੈਂ ਜਦੋਂ ਪੁੱਤਰ ਦੀ ਦਾਤ ਲਈ ਸੀ ਤਾਂ ਮੈਂ ਮਾਤਾ ਰਾਣੀ ਦਾ ਜੋ ਜਾਗਰਣ ਸੁੱਖਿਆ ਸੀ। ਜਾ ਰੁਕਮਨ ਤੂੰ ਮਾਤਾ ਰਾਣੀ ਦਾ ਜਾਗਰਣ ਕਰ, ਇੱਕ ਡੱਲ ਤਿਆਰ ਕਰ, ਡੱਲ ਜਿਹਨੂੰ ਆਪਾਂ ਨਿਓਤਾ ਦਿੰਦੇ ਹਾਂ, ਜਿਵੇਂ ਆਪਾਂ ਵਿਆਹ ਸ਼ਾਦੀ ਰੱਖਦੇ ਹਾਂ ਕੰਨਿਆਂ ਦਾ ਜਾਂ ਬੇਟੇ ਦਾ, ਇੱਕ ਡੱਬਾ ਦੇ ਕੇ ਆਉਂਦੇ ਹਾਂ 100-50 ਜੋ ਨਾਲ ਦੇਣਾ, ਕੋਈ ਬਰਫੀ ਦਾ ਡੱਬਾ ਦੇਣਾ, ਕੋਈ ਲੱਡੂਆਂ ਦਾ, ਕੋਈ ਕਾਜੂ ਪਿਸਤਾ। ਇਸੇ ਤਰ੍ਹਾਂ ਪਹਿਲੇ ਡੱਲ ਹੁੰਦਾ ਸੀਗਾ, ਚਾਵਲ ਨੂੰ ਹਲਦੀ ਰੱਖ ਕੇ ਦਿੱਤਾ ਜਾਂਦਾ ਸੀ, ਨਿਓਤਾ ਦਿੱਤਾ ਜਾਂਦਾ ਸੀ ਵੀ ਸਾਡੇ ਘਰੇ ਜਾਗਰਣ ਹੈ ਵੀ ਤੁਸੀਂ ਆਉਣਾ ਇਸਤਰੀ। ਇੱਕ ਡੱਲ ਤਿਆਰ ਕਰਕੇ ਤੂੰ ਮਹੰਤਾ ਕੋਲ ਜਾ ਕੇ ਮੰਡਲੀ ਬੁੱਕ ਕਰ, ਗੇਟ ਬੁੱਕ ਕਰ, ਤਾਂ ਰੁਕਮਨ ਜਦੋਂ ਜਾਗਰਣ ਭੁੱਲ ਜਾਂਦੀ ਹੈ ਤਾਂ ਕੀ ਕਹਿੰਦੀ ਹੈ ਮਾਤਾ ਰਾਣੀ ਨੂੰ, ਜਦੋਂ ਤਾਂ ਬੱਚਾ ਠੀਕ ਨਹੀਂ ਹੁੰਦਾ। ਸੰਗਤਾਂ ਮਾ ਤੁਰ ਤੁਰ ਆਵਣ ਤੇਰੇ ਜੈਕਾਰੇ ਲਾਵਣ, ਲਾਲੀ ਮਾ ਚੜ੍ਹਦੀ ਜਾਵੇ ਤੇਰੀਆਂ ਜਦ ਭੇਟਾ ਗਾਵਣ। ਸੰਗਤਾਂ ਮਾ ਤੁਰ ਤੁਰ ਆਵਣ ਤੇਰੇ ਜੈਕਾਰੇ ਲਾਵਣ, ਲਾਲੀ ਮਾ ਚੜ੍ਹਦੀ ਜਾਵੇ ਤੇਰੀਆਂ ਜਦ ਭੇਟਾ ਗਾਵਣ। ਅੱਬੇ ਮਾਵਾ ਫਕਰੀ ਫੁਲਗੀ ਜਗਰਾਤਾ ਤੇਰਾ, ਰਾਣੀ ਮਾਵਾ ਫਕਰੀ ਫੁਲਗੀ ਜਗਰਾਤਾ ਤੇਰਾ। ਤੇਰੀ ਮਾਂ ਚੁੰਨੀ ਉੱਤੇ ਲੱਗੇ ਨੇ ਚੰਗੇ ਸਿਤਾਰੇ, ਸਤਰੰਗੀ ਪੀਕ ਲਗੋਟਾ ਮੰਦਰਾ ਵਿੱਚ ਚਮਕਾ ਮਾਰੇ। ਤੇਰੀ ਮਾਂ ਚੁੰਨੀ ਉੱਤੇ ਲੱਗੇ ਨੇ ਚੰਗੇ ਸਿਤਾਰੇ, ਸਤਰੰਗੀ ਪੀਕ ਲਗੋਟਾ ਮੰਦਰਾ ਵਿੱਚ ਚਮਕਾ ਮਾਰੇ। ਮੈਂ ਵੀ ਅੰਬੇ ਤਰ ਜਾਵਾਂ, ਮੈਂ ਵੀ ਦਾਦੀ ਤਰ ਜਾਵਾਂ, ਬੇਹਰ ਦੀ ਨਜ਼ਰ ਕਰੀ ਫੁਲਗੀ ਜਗਰਾਤਾ ਤੇਰਾ, ਰਾਣੀ ਮਾਵਾ ਫਕਰੀ ਫੁਲਗੀ ਜਗਰਾਤਾ ਤੇਰਾ। ਪੈਰਾਂ ਵਿੱਚ ਚਾਲੇ ਪੈ ਗਏ ਬੇਤੋ ਨਾ ਤੁਰਿਆ ਜਾਵੇ, ਸੋਚਾਂ ਮਾ ਕਦਮਾਂ ਦੇ ਨਾਲ ਕੀਤਾ ਹੁਣ ਜੁੜਿਆ ਜਾਵੇ। ਪੈਰਾਂ ਵਿੱਚ ਚਾਲੇ ਪੈ ਗਏ ਬੇਤੋ ਨਾ ਤੁਰਿਆ ਜਾਵੇ, ਸੋਚਾਂ ਮਾ ਕਦਮਾਂ ਦੇ ਨਾਲ ਕੀਤਾ ਹੁਣ ਜੁੜਿਆ ਜਾਵੇ। ਦਿਲ ਦੀ ਸੜਦੀ ਧਰਤੀ ਤੇ, ਦਿਲ ਦੀ ਸੜਦੀ ਧਰਤੀ ਤੇ, ਬਦਲੀ ਬਣੀ ਆਪ ਬਰੀ ਫੁੱਲ ਗਈ ਜਗਰਾਤਾ ਤੇਰਾ, ਰਾਣੀ ਮਾਵਾ ਫਕਰੀ ਫੁੱਲ ਗਈ ਜਗਰਾਤਾ ਤੇਰਾ। ਰੁਕਮਨ ਮਾਂ ਦਰ ਤੇ ਆਈ
ਭੁੱਖਾ ਦੀ ਕੱਟਦੇ ਫਾਂਸੀ ਤੇਰੇ ਚਰਨਾਂ ਦੀ ਮਈਆ ਮੈਂ ਵੀ ਬਣ ਜਾਵਾਂ ਦਾਸੀ ਰੁਕਮਨ ਮਾਤਰ ਤੇ ਆਈ ਦੁੱਖਾਂ ਦੀ ਕੱਟਦੇ ਫਾਂਸੀ ਤੇਰੇ ਚਰਨਾਂ ਦੀ ਮਈਆ ਮੈਂ ਵੀ ਬਣ ਜਾਵਾਂ ਦਾਸੀ ਜਾਗਾ ਕਰਵਾਵਾਂ ਤੇਰਾ ਜਾਗਾ ਕਰਵਾਵਾਂ ਤੇਰਾ ਪੱਚਾ ਮੇਰਾ ਠੀਕ ਕਰੀ ਭੁੱਲ ਗਈ ਜਗਰਾਤਾ ਤੇਰਾ ਰਾਣੀ ਬਾਬਾ ਫਟਰੀ ਭੁੱਲ ਗਈ ਜਗਰਾਤਾ ਤੇਰਾ ਰੁਕਮਨ ਹਲਦੀ ਰੰਗ ਚਾਵਲ ਲੈ ਕੇ ਡਲ ਤਿਆਰ ਕਰਕੇ ਮਹੰਤਾਂ ਕੋਲ ਜਾਂਦੀ ਹੈ ਪਰ ਕੋਈ ਵੀ ਮਹੰਤ ਗਰੀਬ ਨਹੀਂ ਸਮਝ ਕੇ ਢਿੱਲ ਨਹੀਂ ਸਮਝ ਕੇ ਰੁਕਮਨ ਦੇ ਘਰੇ ਜਾਗਰਣ ਕਰਨ ਕਰਨ ਲਈ ਤਿਆਰ ਨਹੀਂ ਹੁੰਦੇ ਰੁਕਮਨ ਦੁਆਰਾ ਘੁੰਮ ਕੇ ਫਿਰ ਤਾਰਾ ਰਾਣੀ ਬੁਲਾਉਂਦੀ ਹੈ ਹੇ ਮਹਾਰਾਣੀ ਮੇਰੇ ਤੋਂ ਤਾਂ ਕੋਈ ਡਲ ਨਹੀਂ ਲੈ ਰਿਹਾ ਮੇਰੇ ਘਰੇ ਕੋਈ ਜਾਗਰਣ ਕਰਨ ਨੂੰ ਤਿਆਰ ਨਹੀਂ ਤਾਂ ਤਾਰਾ ਰਾਣੀ ਉਸ ਵੇਲੇ ਜਾਗਰਣ ਮੰਡਲੀ ਵਾਲਿਆਂ ਦੇ ਪ੍ਰਧਾਨ ਹੋਇਆ ਕਰਦੀ ਸੀ ਤਾਂ ਰੁਕਮਨ ਨੂੰ ਕਹਿੰਦੀ ਹੈ ਰੁਕਮਨ ਮੈਂ ਜੇ ਜਾਵਾਂ ਤੇਰੇ ਜਾਗਰਣ ਲੱਖਾਂ ਹਜ਼ਾਰਾਂ ਕਰਵਾ ਦੇਵਾਂ ਪਰ ਜਾਗਰਣ ਤੂੰ ਸਿੱਖਿਆ ਹੈ ਮੈਂ ਨਹੀਂ ਸਿੱਖਿਆ ਮੈਂ ਤੇਰੀ ਇੰਨੀ ਮਦਦ ਕਰ ਸਕਦੀ ਹਾਂ ਥੋੜੇ ਜਿਹੇ ਚਾਵਲ ਥੋੜਾ ਜਿਹਾ ਡੱਲ ਮੈਨੂੰ ਦੇ ਮੈਂ ਇੱਕ ਤੈਨੂੰ ਸੋਨੇ ਦਾ ਟੱਕਾ ਦੇ ਦਿੰਦਾ ਤਾਂ ਤਾਰਾ ਰਾਣੀ ਉਸ ਤੋਂ ਡੱਲ ਲੈਂਦੀ ਹੈ ਇੱਕ ਸੋਨੇ ਦਾ ਟੱਕਾ ਉਹਦੀ ਝੋਲੀ ਚ ਪਾਉਂਦੀ ਹੈ ਤੇ ਕਹਿੰਦੀ ਹੈ ਜਾ ਕੇ ਮਹੰਤਾਂ ਨੂੰ ਕਹਿ ਦਈ ਵੀ ਤਾਰਾ ਰਾਣੀ ਖੁਦ ਮੇਰੇ ਜਾਗਰਣ ਵਿੱਚ ਆਵੇ ਤਾਰਾ ਰਾਣੀ ਤੇ ਕਹਿਤੇ ਰੁਕਮਨ ਮਹੰਤਾ ਕੋਲ ਜਦੋਂ ਜਾਂਦੀ ਹੈ ਮਹੰਤਾ ਨੂੰ ਦੱਸਦੀ ਵੀ ਤਾਰਾ ਰਾਣੀ ਖੁਦ ਮੇਰੇ ਜਾਗਰਣ ਵਿੱਚ ਆਵੇਗੀ ਉਸਨੇ ਡੱਲ ਨੂੰ ਹੱਥ ਲਾਇਆ ਹੈ ਤਾਂ ਜਦੋਂ ਮੰਤ ਸੋਚਦੇ ਹਨ ਵੀ ਸਾਡੀ ਜਾਗਰਣ ਮੰਡਲ ਵੀ ਪ੍ਰਧਾਨ ਖੁਦ ਸਾਡੇ ਤਾਰਾ ਰਾਣੀ ਦੇ ਜਾਗਰਣ ਵਿੱਚ ਆਵੇਗੀ ਤਾਂ ਸਾਨੂੰ ਕੀ ਇਤਰਾਜ਼ ਹੈ ਤਾਂ ਮੰਡਲੀ ਬੁੱਕ ਹੋ ਜਾਂਦੀ ਹੈ ਡੇਟ ਰੱਖੀ ਰਿਸ਼ਤੇਦਾਰਾਂ ਕੋਲ ਪਿੰਡ ਵਾਲਿਆਂ ਕੋਲ ਸਭ ਕੋਲ ਜਾਂਦੀ ਹੈ ਸਭ ਨੂੰ ਥੋੜਾ ਥੋੜਾ ਡੱਲ ਚਾਵਲ ਦੇ ਜਾਂਦੀ ਚਾਵਲ ਆਪਣੇ ਰਿਸ਼ਤੇਦਾਰਾਂ ਕੋਲ ਭੈਣ ਭਰਾਵਾਂ ਕੋਲ ਪਿੰਡ ਵਾਲਿਆਂ ਕੋਲ ਜਾਂਦੀ ਹੈ ਸਭ ਨੂੰ ਡੱਲ ਦੇ ਜਾਂਦੀ ਹੈ ਕੋਈ ਉਹਦੀ ਝੋਲੀ ਚ ਪੈਸੇ ਪਾਉਂਦਾ ਹੈ ਕੋਈ ਫਰੂਟ ਪਾਉਂਦਾ ਕੋਈ ਫਲ ਪਾਉਂਦਾ ਹੈ ਕੋਈ ਰਾਸ਼ਨ ਦੇ ਦਿੰਦਾ ਕੋਈ ਕੱਪੜੇ ਦੇ ਦਿੰਦਾ ਹੈ ਹਰ ਪੱਖੋਂ ਕੋਈ ਨਾ ਕੋਈ ਰੁਕਮਨ ਦੀ ਹੈਲਪ ਕਰ ਦਿੰਦੇ ਹਨ ਜਾਗਰਣ ਦੀ ਤਿਆਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਨਾਂ ਦੇ ਪਿੰਡਾਂ ਵਿੱਚ ਇਹ ਗੱਲ ਵੀ ਫੈਲ ਜਾਂਦੀ ਹੈ ਕਿਉਂਕਿ ਰੁਕਮਨ ਸਭ ਨੂੰ ਕਹੀ ਜਾਂਦੀ ਹੈ ਵੀ ਕੱਲ ਨੂੰ ਮੇਰੇ ਘਰੇ ਜਾਗਰਣ ਹੈ ਤੇ ਤਾਰਾ ਰਾਣੀ ਮਹਾਰਾਣੀ ਵੀ ਹੈ ਜੋ ਉਹ ਵੀ ਮੇਰੇ ਜਾਗਰਣ ਵਿੱਚ ਆਵੇ ਤਾਰਾ ਰਾਣੀ ਵੀ ਮੇਰੇ ਘਰੇ ਜਾਗਰਣ ਦੇ ਵਿੱਚ ਆਵੇ ਇਹ ਗੱਲ ਨਾਂ ਦੇ ਪਿੰਡਾਂ ਚ ਸਭ ਪਾਸੇ ਫੈਲ ਜਾਂਦੀ ਹੈ ਇਸੇ ਤਰ੍ਹਾਂ ਇੱਕ ਨੰਦਾ ਨਾਈ ਜੋ ਰਾਧਾ ਰਾਜਾ ਹਰੀਚੰਦਰ ਜੀ ਦੀ ਦਾੜੀ ਬਣਾਇਆ ਕਰਦਾ ਸੀ ਉਹਦੇ ਕੰਨਾਂ ਚ ਇਹ ਆਵਾਜ਼ ਆਉਂਦੀ ਜਦੋਂ ਨਾਈ ਰਾਜਾ ਹਰੀਚੰਦਰ ਦੀ ਦਾੜੀ ਬਣਾ ਰਿਹਾ ਹੁੰਦਾ ਹੈ ਤਾਂ ਉਸਦੇ ਜੋ ਹੱਥ ਹੈ ਕੰਬਣ ਲੱਗ ਜਾਂਦੇ ਤਾਂ ਰਾਜਾ ਸਮਝ ਜਾਂਦਾ ਵੀ ਦਾਲ ਚ ਕੁਛ ਨਾ ਕੁਛ ਕਾਲਾ ਹੈ ਤਾਂ ਰਾਜਾ ਨਾਈ ਨੂੰ ਕਹਿੰਦਾ ਵੀ ਕੀ ਗੱਲ ਅੱਜ ਤੇਰੇ ਹੱਥ ਕਿਉਂ ਕੰਬਣੇ ਹਨ ਅੱਗੇ ਤਾਂ ਕਦੀ ਇਸ ਤਰ੍ਹਾਂ ਨਹੀਂ ਹੋਇਆ ਤਾਂ ਨਾਈ ਕਹਿੰਦਾ ਨਹੀਂ ਮਹਾਰਾਜ ਕੁਛ ਨਹੀਂ ਐਸੀ ਕੋਈ ਗੱਲ ਨਹੀਂ ਤਾਂ ਰਾਜਾ ਕਹਿੰਦਾ ਕੋਈ ਨਾ ਕੋਈ ਗੱਲ ਤਾਂ ਹੈ ਹੇ ਮਹਾਰਾਜ ਗੱਲ ਤਾਂ ਹੈ ਲੇਕਿਨ ਤੁਸੀਂ ਮੈਨੂੰ ਵਾਅਦਾ ਕਰੋ ਵੀ ਜੇਕਰ ਮੇਰੀ ਗੱਲ ਝੂਠੀ ਨਿਕਲੀ ਫਿਰ ਤੁਸੀਂ ਬੇਸ਼ੱਕ ਮੈਨੂੰ ਮੌਤ ਦੀ ਸਜ਼ਾ ਦੇ ਦਿਓ ਤਾਂ ਰਾਜਾ ਵਾਅਦਾ ਕਰਦਾ ਹੈ ਦੱਸ ਕੀ ਗੱਲ ਹੇ ਮਹਾਰਾਜ ਵੀ ਅੱਜ ਰੁਕਮਨ ਦੇ ਘਰੇ ਮਾਤਾ ਰਾਣੀ ਦਾ ਜਾਗਰਣ ਹੈ ਮਹਾਰਾਣੀ ਤਾਰਾ ਜੀ ਰੁਕਮਨ ਦੇ ਘਰੇ ਜਾਗਰਣ ਵਿੱਚ ਜਾਣ ਤਾਂ ਰਾਜਾ ਨਾਈ ਨੂੰ ਕਹਿੰਦਾ ਹੈ ਤੂੰ ਹੋਸ਼ ਦੇ ਵਿੱਚ ਤਾਂ ਹੈ ਕੀ ਬੋਲ ਰਿਹਾ ਤੈਨੂੰ ਪਤਾ ਹੈ ਇਸ ਦੀ ਸਜ਼ਾ ਤੇਰੀ ਬਹੁਤ ਹੋ ਸਕਦੀ ਹੈ ਹੇ ਮਹਾਰਾਜ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜੇਕਰ ਮੇਰੀ ਗੱਲ ਝੂਠੀ ਹੋਈ ਫਿਰ ਤੁਸੀਂ ਬੇਸ਼ੱਕ ਮੇਰਾ ਜੋ ਸੀਰ ਹੈ ਧੜ ਤੋਂ ਅਲੱਗ ਕਰ ਦੇਣਾ ਤਾਂ ਰਾਜਾ ਨੰਦਾ ਨਾਈ ਨੂੰ ਕਹਿੰਦੇ ਇਸ ਤਰ੍ਹਾਂ ਕਰ ਮੇਰੀ ਉਮਰ ਤੇ ਟਾਕੇ ਲਾ ਕੇ ਨਮਕ ਪਾ ਕੇ ਪੱਟੀ ਕਰ ਸਾਰੀ ਰਾਤ ਮੈਨੂੰ ਦਰਦ ਹੁੰਦਾ ਰਹੇਗਾ ਨਾ ਮੈਨੂੰ ਨੀਂਦ ਆਵੇਗੀ ਨਾ ਹੀ ਤਾਰਾ ਰਾਣੀ ਰੁਕਮਨ ਦੇ ਘਰੇ ਜਾਗਰਣ ਵਿੱਚ ਜਾਵੇਗੀ ਆਖੋ ਜੈ ਮਾਤਾ ਦੀ ਜੈ ਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ।
इस तरह कर पट का सराहना करते मेरे सिर से बिना बिना हाथ फेर मेनू नींद आ जाता। तारा राणी पति का कहना नहीं बोल सकती, राजे दे सिर ते हाथ फेरी होती है, उतरों जागरण का जो समा निकलना जा रहा होता है, अंदरों अंदर माता राणी फरियाद करती, हे मां मैं डल नूं हाथ लाया होया है, जागरण मंडली वाले दी प्रधान हां, जेकर अज मैं ही जागरण विच ना पहुंची तां इस मर्यादा नूं आण वाले समय च कौन रखेगा, क्योंकि डल दी इतनी महत्ता होंदी है, जेकर असीं डल नूं हाथ ला देईए तां सानूं जागरण विच जरूर जाणा पैंदा है। एक बार उस्ताद जी के घरे बरकत हो गई, उन्होंने चार बेटे थे, एक बेटे नु सप ने नस लिया सी, उसी दिन उन्होंने जागरण सी, तो साडे उस्ताद जी ने कहा भी चाचा जी, उस टाइम चाचा जी ताया जी कहते सन, अज के टाइम तो रिश्ते पता नहीं लगते, मामा कौन है, चाचा कौन है, अंकल अंटा सब इतने चलते, चाचा जी तुम इस तरह करो भी असि जाके जागरण कर आने भी तुम संस्कार कर लो बेटे, तो उत्ते उन्होंने की किया, बेटा मैं डल नूं हाथ लाया होया, जेकर मैं जागरण विच ना पहुंचिया अज तां मेरे एक बेटे दी मौत हो जी, कल दूसरे दी इन्नी महत्ता होंदी है जागरण डल दी। तां तारा राणी माता नूं जदों याद करदी है तां की होंदा, बौंजा प्रकार दी ठंडियां हवावां चल पैंदियां हन, राजे नूं नींद आ जांदी है। तारा राणी तकिया राजे दे सिर हेठा करती है, जदों महलां दे विचों बाहर निकलण लगती है तां की देखदी है, राजे दे बहुत ही सख्त पैरा बिठाया हुंदा है। तारा राणी वापस अपने महलां जांदी है, माता नूं याद करती है, मां तू ही कोई रस्ता दिखा मेरी मां। जदों तारा राणी अखां खोल के देखदी है, खिड़की तों शेषनाग लटक रिहा हुंदा है, तारा राणी शेषनाग नूं मत्था टेकदी है, फड़ के हेठा उतर जांदी है, रुकम के घर वाल भज पैंदी है। तो रुकम के घर जाण तों पहलां रस्ते दे विच जंगल दा रस्ता होया करदा सी, तो रस्ते दे विच दो चोर, संस्कृत दे विच उहनां नूं काला भी कहिंदे हन, दो चोर आउंदे हन, तारा राणी दा रस्ता घेर लैंदे हन, देखदे हन वी वड्डे घर दी औरत है, काफी हीरे जवाहरात पाए हुए हन, तारा राणी नूं कहिंदे आ तैनूं असीं अग्गे तां ही जान देवांगे जो तूं गहने पाए हन उतार के सानूं दे जा। तारा राणी कुछ सोचदी नहीं समझदी, सारे गहने उतार के उत्ते सिट दिंदी है, रुकम दे घर वल नूं चल पैंदी है। आखो जय माता दी, जय कारा शेरां वाली दा बोल सच्चे दरबार की जय। जदों चोर तारा राणी दे गहने नूं हत्थ लगांदे हन धन्य हो जांदे हन, तारा राणी देखता है राजे नूं गुस्सा आ जांदा है, काला लिबास पा लैंदा है, हाथ दे विच नंगी तलवार फड़ लैंदा है, ते रुकम दे घर वल चल पैंदा है। आखो जय माता दी, जय कारा शेरां वाली दा बोल सच्चे दरबार की जय। ता रस्ते दे विच ओही दो चोर राजे नूं घेर लैंदे हन, वीर तू कौन है, इन्नी रात नूं हाथ दे विच नंगी तलवार लैके किथे जा रहे हो। ता राजा कहिंदा मैं वी काला हां, मैं वी तुहाडा भरा हां, तुसी कोई वड्डे घर दी औरत इधरों नंगी दिखी है। ਤਾਂ ਚੋਰ ਕਹਿੰਦੇ ਅਸੀਂ ਔਰਤ ਤਾਂ ਦੇਖੀ ਹੀ ਜਾਂਦੀ ਹੁੰਦੀ, ਆ ਜੋ ਗਹਿਣੇ ਪਏ ਨੇ ਉਸੀ ਔਰਤ ਦੇ, ਪਰ ਤੈਨੂੰ ਅਸੀਂ ਅੱਗੇ ਤਾਂ ਹੀ ਜਾਣ ਦਵਾਂਗੇ ਜੇਕਰ ਤੂੰ ਸਾਡਾ ਕੋਈ ਹੱਲ ਕੱਢੇ। ਤਾਂ ਰਾਜਾ ਕਹਿੰਦਾ ਕੀ ਗੱਲ ਹੈ। ਤਾਂ ਚੋਰ ਕਹਿੰਦੇ ਹਨ ਜੇਕਰ ਅਸੀਂ ਇਸ ਗਹਿਣੇ ਨੂੰ ਹੱਥ ਲਾਉਂਦੇ ਹਾਂ ਧੰਦੇ ਹੋ ਜਾਂਦੇ ਹਾਂ, ਸਾਨੂੰ ਇਹ ਗਹਿਣੇ ਮਿਲ ਜਾਣ ਤਾਂ ਅਸੀਂ ਵੀ ਘਰੇ ਜਾ ਕੇ ਆਰਾਮ ਕਰਾਂਗੇ। ਰਾਜਾ ਜੋ ਸੀ ਤਾਰਾ ਰਾਣੀ ਦਾ ਪਤੀ ਸੀ, ਉਹ ਗਹਿਣੇ ਚੱਕਦਾ ਹੈ ਤਾਂ ਚੋਰਾਂ ਦੇ ਹੱਥ 'ਚ ਦੇ ਦਿੰਦਾ ਹੈ, ਕਿਸਮ ਦਾ ਦਾਨ ਹੋ ਜਾਂਦਾ ਹੈ। ਤਾਂ ਚੋਰ ਗਹਿਣੇ ਲੈਂਦੇ ਹਨ ਤੇ ਘਰ ਵੱਲ ਨੂੰ ਚੱਲ ਪੈਂਦੇ ਹਨ।
जो राजा उधरों से जान लगता है तो उसने एक पैर के पूए से निगाह जाती है, चक के देखता भी तारा राणी का ही है, जो शक है यकीन च बदल जाता है। जो रुकमन के पिंड राजा पहुंचता है, पंडाल के बाहर खड़ा हो जाता है, पंडाल के अंदर जागरण चल रहा होता, माता दी भेटा चल रही होंगे, तारा राणी अपनी झोली के मास का प्रसाद खवाती है नर काले बकरे का। मैं तुम दसे पहले काली माता के जागरण होंगे सर, नर काले बकरे की जो प्रसाद भेट चढ़ाई जाती है, जब तारा राणी झोली के मास का प्रसाद खवाती है तो राजा बाहर खड़ा सब देख रहा होता है। राजे को गुस्सा आ जाता है, राजा पंडाल के आ जाता है। तारा राणी कहते हे तारा, तेन मान मर्यादा की कोई शर्म नहीं, महिला की राणी होके तू रुकम के घर आई चल कोई गल नहीं, पर तू एक मास का प्रसाद अपनी झोली चुका है, तेन कोई शर्म लिहाज नहीं। जो तारा राणी की गल सुनती है घबरा जाती है, तारा राणी के मुंह च निकलता है नहीं महाराज, मेरी झोली का कोई मास का प्रसाद नहीं है। तारा हूं तू झूठ भी बोलन लगी, मैं खुद अपनी अखा नाल तेन झोली के मास का प्रसाद पाते वेख्या। तारा राणी घबरा जाती है, माता राणी ने अंदरों अंदर याद रखती है, हे मां मेरी लाज रख लै मेरी मां। जदों राजा तारा राणी की झोली खोलता है तो की वेखता है, मास के मखाने बन जाते हैं, हड्डिया के गरी छुआरे बन जाते हैं, इसे करके बाटे का प्रसाद दिता जाता है। मास के मखाने बन जाते हैं, हड्डिया के गरी छुआरे बन जाते हैं। आखो जय माता दी, जय कारा शेरा वाली का बोल सच्चे दरबार की जय। तारा राणी माता राणी को अंदरों अंदर याद करती है, झोली खोलिए तो राजा की देखता है, मास का मखाने बन जाते हैं, हड्डिया के गरी छुआरे बन जाते हैं। तारा तू झूठ बोलने के नाल नाल जादू वर्णी भी होगी। तो उत्ते तारा राणी राजे नूं कहती है, हे राजा मैं कोई जादू करती नहीं, ये मेरी माता राणी का ही पंथ है, ये मेरी माता राणी का चमत्कार है। तो राजा कहता है जेकर ये तेरी माता राणी का चमत्कार है, तेरी माता की कृपा माता राणी की शक्ति है, तो मैं भी यह पंथ देखना चाहता हूं। हे राजा मेरी मां का पंथ देखना कोई सौखी गल नहीं, नंगिया तलवारा ते चलना पैदा इस पंथ ते जाने। राजा जिद ते अड़ जाता है, नंगिया तलवारा ते चलन नूं भी मैं तैयार हाँ, पर मैं इस माता राणी का पंथ जरूर देखना। राजा होमे च आ जाता, हंकार च आ जाता है। तारा राणी राजे नूं कहती है, हे राजा इस तरह कर, महला दे विच जाके माता राणी दा जागरण करा। राजा महला च चल जाता है, जागरण की तैयारी कर लैंदा है। तारा राणी राजे नूं कहती है, राजा माता राणी दी जोत जोत जगा। राजा कहता है जेकर तेरी माता राणी की शक्ति है तो मैं जोत नहीं जगानी, जोत अपने आप प्रचंड होवे। आपको जय माता दी, जय कारा शेरा वाली दा बोल सच्चे दरबार की। जग जवाला मां के बीच पहाड़ा तो हुन जाग जवाला मां के बीच पहाड़ा तो हुन जाग जवाला मां के बीच पहाड़ा तो आजा पिए दुनिया जानी अपिए भगता दिया पूजा जानी अपिए आजा पिए दुनिया जानी अपिए भगता दी प्यास पूजा जानी अपिए जाग जवाला मां के बीच पहाड़ा तो हुन जाग जवाला मां के बीच पहाड़ा तो तेरे बच्चे आने तेरा जगन कराया तेरे बच्चे आने तेरा जगन कराया आज वाला मां के बीच पहाड़ा तो उन्हें जाग जवाला मां के बीच पहाड़ा तो। जब तारा राणी माता राणी को याद करती है प्रवेश आ जाता है, तारा राणी चो आवाज निकलती है, हे राजा जे कदम मेरा पंथ देखना है
तेरा जो एक नीला घोड़ा है तेन उसकी बलि देनी पैनी। नीले घोड़े को पंडाल च लिया जाता है, खड़वा फट्टा तैयार किया जाता है। राजा एक ही वार दे विच नीले घोड़े का जो सिर है धड़ तो अलग कर दिता है, घोड़े का जो शरीर है चक के तबेले च रख दिता जाता है, सारा पंडाल लहू लुहान हो जाता है। तारा रानी च फिर आवाज आती, हे राजा इत्थे ही बसनी, तेरा जो एक एक पुत्र है रोहतास तेन उसकी भी बलि देनी पैनी। राजा हुम्मे च आया होता है, हंकार च आया होता है, अखां ते पर्दा पिया होता है राजे दे, अपने पुत्र दे कोल जांदा है, बेटा तेरी मां तेरी बलि मंग रही है। तो उत्ते बच्चा की कहता, हे पिता जी जेकर बच्चे दा मांस कट के ओदे चपड़ा बना के भी अपने माता पिता दे पैरां च पवाइया जान तां वी बच्चे अपने मां बाप दा जो देना है नहीं दे सकदे। रोहतास खुशी खुशी अपने पिता जी का पंडाल च आ जाता है, खड़वा फट्टा तैयार किया जाता है। राजा एक ही वार दे विच अपने पुत्र रोहतास का जो है सिर है धड़ तो अलग कर दिता है। आखो जय माता, सारी प्रजा डर जाती है कि राजे रानी नु की होया, अपना इक्को इक पुत्र सी जो ओदी भी दिल वाली पाल की जी तेनु मां बिठाना है, वो दिल वाली पाल की जी तेनु मां बिठाना है, वो चल मेरे नाल तेनु घर लेके जाना है, चल मेरे नाल तेनु घर लेके जाना है, मेरे हाथों के बीच खाली माल की राणे, तेरे हाथों च दादी सब दिया तकदीरां, मेरे हाथों के बीच खाली माल की राणे, तेरे हाथों च दादी सब दिया तकदीरां, सुतियां नसीबां नूं भी अज मैं जगाए, सुतियां नसीबां नूं भी अज मैं जगाना है, चल मेरे नाल तेनूं घर लेके जाना है, चल मेरे नाल तेनूं घर लेके जाना है। बच्चियां दे नाल दाती नुसे ना नी चाहिदा, अपने प्यारियां नूं लारा नहीं उलाईदा, बच्चियां दे नाल दाती नुसे ना नी चाहिदा, अपने प्यारियां नूं लारा नहीं उलाईदा, कौन जाने दाती असां नैणा है कि जाना है, कौन जाने दाती असां नैणा है कि जाना है, चल मेरे नाल तेनूं घर लेके जाना है, चल मेरे नाल तेनूं घर लेके। नीला जो घोड़ा तेरे हेठ दावे राजिया, नीला जो घोड़ा तेरे हेठ दावे राजिया, वो भी तू भेंट चढ़ा तारो भैया, वो भी तू भेंट चढ़ा तारो भैया, खट खटारा जी मारे आधे बाजी, खट खटारा जी मारे आधे बाजी, दिता घोड़े दा शीश उतार तारो भैया, दिता घोड़े दा शीश उतार तारो भैया, इको इक पुत्र तेरा लाड लावे राजिया, इको इक पुत्र तेरा लाड लावे राजिया, ओ भी तू भेंट चढ़ा तारो भैया, ओ भी तू भेंट चढ़ा तारो भैया, खट खटारा जी मारे आदे बाजी,
पुत्र का जो शीश है धड़ तो अलग कर दिता है। सारा पंडाल लहु लुहान हो जाता, सारी प्रजा सहम जाती है, डर जाती है। राजा राणी अज की हो गया, अपने पुत्र की जो है सिर की बली भी ले ली है। तारा राणी च फिर आवाज आती, हे राजा अजे भी इत्थे बस नहीं, तेनू अपने पुत्र के शरीर के छोटे छोटे टुकड़े करके मांस का प्रसाद बना के लियाना पैना, अपने पुत्र दे छोटे छोटे पीस करके रिया होया मांस पांच भांड्या दे विच पांच बाटिया विच पा के लेके आ। राजे दे मन च हंकार आया होता है, कुछ समझ नहीं आती राजे नूं, अपने बेटे दे छोटे छोटे पीस करता है, रिल्या होया मांस दा प्रसाद बनांदा है, पांच बाटिया च लेके पंडाल दे विच आ जांदा है। कड़ा चुल्ले तैयार है जी, पांच भांड्या दे विच पा के लियाओ, एक कड़ा दे विच पा दियो, ठीक है जी, पांच भांड्या च कोलियां च जडूंदियां च पा दियो, ठीक है जी। राजा अपने बेटे का प्रसाद तैयार करके पांच बाटे च पा के पंडाल च आ जाता है। तारा राणी च फिर आवाज आती, हे राजा अजे भी इत्थे बस नहीं, तेनू अपने पुत्र का रिंगा होया मांस खाना पैना। तारा राणी जोत तो चुहा के जदों राजे नूं प्रसाद दिंदी है, राजा एक मुर्गी मूंह च पाता है, दूसरी मुर्गी जदों मूंह च पाता है तां रोहतां दी जिंदी उंगली दी जो गुठी है राजे दी दाढ़ हेठां आ जांदी है। राजे दा जो सिदक है डोल पैंदा है, राजा कुत्ता मार मार रोण लग पैंदा है कि जग विच कोई ऐसा पिता नहीं होवेगा जिसने अपने पुत्र की बलि दित्ती होवे, अपने हत्थी ओदा मांस दा प्रसाद तैयार कीता होवे ते अपने ही पुत्र दा प्रसाद मां दा प्रसाद खाता होवे। राजा कुत्ता मार मार रोण लग जांदा है, माता रानी दे चरणां च डिग पैंदा है, त्राही मां त्राही मां, माता तों माफिया मंगी जांदा है। इधरों तारा राणी विचों भी माता राणी दा जो वास है चला जांदा है। तारा राणी देखती सारा पंडाल लहू लुहान होया पै, राजा कुक्का मार मार रो रहा है। तारा राणी महंता नूं पुछदी है वी इत्थे की होया, राजा इन्ना रो क्यों रहा है, रुला क्यों रहा है। तां महंत तारा राणी नूं कहिंदे, हे तारा तू ही राजे तों जागरण करवाया, उत्ते नीले घोड़े दी बली लई, अपने पुत्र दी बली लई, अपने पुत्र दा मांस तैयार करवाया, अपने ही पुत्र दा मांस जदों तू राजे नूं खाण नूं कहा, राजे ने एक मुर्गी मूंह च पाई, जदों दूसरी मुर्गी राजे ने मूंह च पाई तां रोहतां दी चिची उंगली दी जो अंगूठी सी उहदी दाड़ हेठां आ गई। आई राजा कुक्का मार मार रो रहा है। जदों तारा राणी दी गल सुणदी है कंबड़ी हो जांदी, पागल हो जांदी है, बाहर खोल लैंदी है, माता राणी दे पैरां दे विच मस्तक मार मार अपना सिर पाण लगदी है, लहू लुहान हो जांदी है। हे मां दुनिया मैनूं उतरी निखट्टू कहणगे, निकम्मी कहणगे, कंबली कहणगे, भी कोई दुनिया च ऐसी मां नहीं होवेगी जिसे ने अपने पुत्र की बलि ली हो। मेरा हुण इस दुनिया च रहण नूं दिल नहीं करता, मेरी मां मेरा भी खट्टा लैके कतल कर दे, मैनूं भी मौत दी घाट उतार दे मेरी मां। तारा राणी राजा सारी प्रजा सहम जाती है, माता राणी के चरणों च डिग जाते हैं, त्राई मां माता राणी तो माफी मंगते हैं, हे मां साडे तो कोई गलती हुई माफ कर दे। राजा राणी दोवे माता राणी नूं याद करते हैं, की कहते हैं, हो मेरी जग विच साज बना दे दाती ए नी, मेरी जग विच साज बना दे दाती ए, मैं चली ओ तेरी जहान ओ, हाय दाती मैं चली ओ तेरी जहान ओ, मेरा दुनिया च बसेरा मुहाल हो गया नी, मेरा दुनिया च बसेरा मुहाल हो गया नी, ना मैं जूती ना मोई, हाय अपनी नी ना मैं जूती ना मोई, ते
तेरे तारे बाजो कोई ना सहारा दिसदा नी तेरे तारे बाजो कोई ना सहारा दिसदा नी पत रख ले तू मेरी हाय अपने नी पत रख ले तू मेरी पुता पुता भी ना हाल किए मापे आदानी होता पुता भी ना हाल किए मापे आदानी तू ते सब कुछ जाने हाय अपने नी तू ते सब कुछ जाने तारा रो रो तोरे ले फायदा दिए नी तारा रो रो तोरे ले फायदा दिए नी पुत चोली विच पा दे हाय अपने नी मेरा पुत्रे जवाने हाय दादिए नी पुत चोली विच पा दे हाय अपने नी मेरा पुत्रे जवाने तारा राजा रो रो के माता दे चरणा च सिर पाड़ लेते मत्थे पाड़ लेते लहू लुहान हो जाते माता रानी नूं याद करते हन सारी संगत रो रही होती है फिर माता रानी नूं तरस आता है माता रानी पंडाल दे विच आती हे राजा जे कब मैं चाहती तेरा राजपाट इक चुटकी च तबाह कर देता पर तारा रानी मेरी पत्नी है तू उसका पति है जेकर तू अज बचा हुआ है तारा रानी करके ही बचा हुआ है मैं ही तेरे तो नीले घोड़े की बली ली तेरे पुत्र की बली ली तेरे पुत्र का मांस तैयार करवाया तेरे ही पुत्र का मांस तेनू खवाया तेरा अहंकार तोड़ने लिए मैं सब कुछ खेल रचिया जे मैं चाहती हूँ पिंटा च तेरा जो भी राजपाट खत्म कर देती जे तू बचे है तारा रानी करके बचे है जेड़ा भी मेरे भक्तों की निंदा करेगा मेरे भक्तों को माड़ा भला कहेगा मैं उसको कभी बख्शांगी चलो माता रानी इन्नी गल राजे नूं कहती है राजा माता दे चरणां च डिग जांदा है माफिया मंगदा है रो रो के माता दे चरण धवाई जांदा है माता दा गुस्सा फिर शांत होता है राजे नूं मोटे तों फड़ के खड़ा करदी है मेरी मां राजा मैं तेरी भक्ति तों खुश हां तूं मंग की मंगना चाहुंदा तो उत्ते राजा कहता हे मां मैनू हुण इस दुनिया च कुछ नहीं चाहिए मेरी मां जेकर तुसी मैनू देना ही है तां मेरे ते इतनी कृपा करो मेरा जो रहता जीवन है मैं तेरी भक्ति च बिता सका तां माता रानी राजे नूं आशीर्वाद दिंदी है सारी संगत नूं आशीर्वाद दिंदी ते पंडाल च लोप हो जांदी है राजा अपना सारा राजपाट तारा रानी ते रोहतास नूं संभाल के जंगला च तपस्या करन चला जांदा है तां इह कहानी सी तारा रानी दी जेकर साडे तों कोई गलती होई होवे तां सानूं अपना बच्चा समझ के माफ करियो अपना दास समझ के माफ करियो जिस तरह साडे उस्ताद जी पंडित प्रताप चंद शर्मा जी ने सानूं सिखाया है असीं उस तरह तुहानूं सुनाया है असीं उहनां दे पैरां दे चरणां दी धूड़ नहीं उहनां दे पैरां दे नोआं दे बराबर भी नहीं आं पर जो भी असी कोशिश की जो साडे तो गलतियां होईयां सानू माफ करियो जय कारा शेरावाली दा बोल सच्चे दरबार की तेरा जगन स पूरन हो गया देवाजी तेरा जगन स पूरन हो गया देवाजी तेरी होरी जय जय कार तारो भैया तेरी होरी जय जय कार तारो भैया तेरे भक्ता ने जगन चाया सी देवाजी तेरे भक्ता ने जगन चाया सी देवाजी तेरी होरी जय जय कार तारो भैया तेरी होरी जय जय कारो भैया हूं माता रानी की आरती होगी सामने अपनी जगह ते खड़े होके अग्गे आ जाना है बारी बारी से सामने आरती उतारनी है अम्बे तू है जगदम्बे काली जय दुर्गे खप्पर वाली तू है जगदम्बे काली जय दुर्गे खप्पर वाली तेरे ही गुने गाए भारती हो भैया हम सब उतारे तेरी आरती हो भैया हम सब उतारे तेरी आरती
तेरे भगत जनो पर माता भीड़ पड़ी है बारी माँ भीड़ पड़ी है बारी माँ भीड़ पड़ी है बारी दानव दल पर टूट पड़ो माँ करके सिंह सवारी माँ करके सिंह सवारी माँ करके सिंह सवारी सो सिंहों से भी बलशाली दस बुझाओ वाली सिंहों से भी बलशाली दस बुझाओ वाली दुखियों के दुखड़े ने आरती हो भैया हम सब उतारे तेरी आरती हो भैया हम सब उतारे तेरी आरती माँ बेटे का है इस जग में बड़ा ही निर्बल नाता माँ बड़ा ही निर्बल नाता माँ बड़ा ही निर्बल नाता भूत कपूत सुने हैं पर ना माता सुनी कुमाता ना माता सुनी कुमाता ना माता सुनी कुमाता माँ बेटे का है इस जग में बड़ा ही निर्मल नाता बड़ा ही निर्मल नाता माँ बड़ा ही निर्मल नाता भूत कपूत सुने हैं पर ना माता सुनी कुमाता ना माता सुनी कुमाता ना माता सुनी कुमाता सब पे करुणा दर्शाने वाली अमृत बरसाने वाली करुणा दर्शाने वाली अमृत बरसाने वाली दुखियों के दुख नहीं आरती हो भैया हम सब उतारे तेरी आरती हो भैया हम सब उतारे तेरी आरती नहीं मांगते धन और दौलत ना चांदी ना सोना माना चांदी ना सोना माना चांदी ना सोना हम तो मांगे माँ तेरे मन में एक छोटा सा कोना माँ एक छोटा सा कोना माँ एक छोटा सा कोना नहीं मांगते धन और दौलत ना चांदी ना सोना माना चांदी ना सोना हम तो मांगे माँ तेरे मन में एक छोटा सा कोना माँ एक छोटा सा कोना सबके बिगड़ी बनाने वाली लाज बचाने वाली बिगड़ी बनाने वाली लाज बचाने वाली सतियों के सत्य को सरती हो भैया हम सब उतारे तेरी आरती हो भैया हम सब उतारे तेरी आरती अम्बे तू है जगदम्बे काली जय दुर्गे छप्पर वाली तेरी गोने गाए भारती हो भैया हम सब उतारे तेरी आरती हो भैया हम सब उतारे तेरी आरती जय देवा हमरी जय देवा हमरी जय देवा हो जय देवा हमरी जय देवा हो जय देवा हमरी जय देवा हो फूल चढ़े पान चढ़े और चढ़े मेवा हमरी जय देवा हमरी जय देवा हो जय देवा हमरी जय देवा हो ब्रह्मा विष्णु ध्यान लगावे सत्य करे सेवा हमरी जय देवा हो जय देवा हमरी जय देवा कांगड़े वाली जय देवा हो काली माता जय देवा हो मनसा देवी जय देवा हो जंती देवी जय देवा हो लक्ष्मी माता जय देवा हो शारदा माता जय देवा हो वैष्णो देवी जय देवा हो अम्बे माता जय देवा जगदम्बे माता जय देवा हो दुर्गे माता जय देवा हो माँ भवानी जय देवा हो अन्नपूर्ण जय देवा हमारी जय हो जय देवा हमरी जय देवा जय देवा हमरी जय देवा हो गौरी माता जय देवा हो सीता माता जय देवा हो राधे माता जय देवा संतोषी माता जय देवा हो लट्टा वाली जय देवा हो चक्के माता जय देवा हो पार्वती माँ जय देवा हो धरती माता जय देवा हो गंगे माता जय देवा हो यमुना माता जय देवा हो शीतला माता जय देवा हो सरस्वती माँ जय देवा हो तामसी देवी जय देवा हो योग निद्रा जय देवा हो उमा माता जय देवा हो गोदा माता जय देवा हो हनुमान को जय देवा हो भैरव जी को जय देवा हो विष्णु जी को जय देवा हो ब्रह्मा जी को जय देवा हो भोलेनाथ को जय देवा हो राम जी को जय देवा हो कृष्ण जी को जय देवा गणेश जी को जय देवा हो सफलों को जय देवा हो घर वालों को जय देवा मंडली वालों को जय देवा हो हल्ले वालों को जय देवा हो सब देवों को जय देवा हो इंद्र जी को जय देवा कुबेर जी को जय देवा हो
बनारस जी को जय देवा, ओ बालाजी को जय देवा, जय देवा जय देवा हमरी जय देवा, जय देवा जय देवा हमरी जय देवा, ओ पान चढ़े फूल चढ़े और चढ़े मेवा हमरी जय देवा, जय देवा जय देवा हमरी जय देवा, जय देवा जय देवा हमरी जय देवा, ओ जय देवा जय देवा हमरी जय देवा। हेलो हे करा श्री राम जी को सजे दरबार की जय। थोड़ी देर खड़ जाओ, 10 मिनट की गल है। थोड़े थोड़े फुल माता रानी के उत्ते भोले शंकर दे बिठा ले, ठीक है जी। फुला भी आई है बहार जी बताई होवे, फुला भी आई है बहार जी बताई होवे, फुला दी आई है बहार जी बधाई होवे, फुला दी आई है बहार जी बधाई होवे, होरी ये अच पगला चार जी बधाई होवे, होरी ये अच पगला चार जी बधाई होवे, होरी ये अच पगला चार जी बधाई होवे, फुला दी आई है बहार जी बधाई होवे, फुला दी आई है बहार जी बधाई होवे, पहली बधाई विष्णु नु होवे, पहली बधाई विष्णु नु होवे, लोटा दी हो जे मालो माल जी बधाई होवे, फुला दी आई है बहार जी बधाई होवे, फुला दी आई है बहार जी बधाई होवे, फुला दी आई है बहार जी बधाई होवे, तुझी बधाई ब्रह्मा नु होवे, तुझी बधाई ब्रह्मा नु होवे, तुझी बधाई ब्रह्मा नु होवे, माया दी हो जे मलो मार जी बधाई होवे, फुला दी आई है बहार जी बधाई होवे, फुला दी आई है बहार जी बधाई होवे, दीदी बधाई मेरे भोले नु होवे, दीदी बधाई मेरे भोले नु होवे, दीदी बधाई मेरे शिवजी नु होवे, दीदी बधाई मेरे शिवजी नु होवे, परे रंग मोतियां दे तार जी बधाई होवे, फुला दी आई है बहार जी बधाई होवे, फुला दी आई है बहार जी बधाई होवे, चौथी बधाई मेरी माता जी नु होवे, चौथी बधाई मेरी माता जी नु होवे, चौथी बधाई मेरी लाया जो माता बतियान जी बधाई होवे, फुला दी आई है बहार जी बधाई होवे, फुला दी आई है बहार जी बधाई होवे, छेवी बधाई गल्ला कीतियां ने सारी रात दी बधाई होवे, सतियां रहियां ने सारी रात दी बधाई होवे, फुला दी आई है बहार जी बधाई होवे, ਵਧਾਈ ਕਰੇ ਵਾਲਿਆਂ ਨੂੰ ਹੋਵੇ, ਅਡੀ ਵਧਾਈ ਚੰਗੇ ਵਾਲਿਆਂ ਨੂੰ ਹੋਵੇ, ਸੇਵਾ ਕੀਤੀ ਏ ਸਾਰੀ ਰਾਤ ਦੀ ਵਧਾਈ ਹੋਵੇ, ਚਾਹ ਪਿਲਾਈ ਸਾਰੀ ਰਾਤ ਦੀ ਵਧਾਈ ਹੋਵੇ, ਨਵੀਂ ਵਧਾਈ ਮੰਡਲੀ ਵਾਲਿਆਂ ਨੂੰ ਹੋਵੇ, ਨਵੀਂ ਵਧਾਈ ਮੰਡਲੀ ਵਾਲਿਆਂ ਨੂੰ ਹੋਵੇ, ਪਿੰਡਾਂ ਗਾਈਆਂ ਨੇ ਸਾਰੀ ਰਾਤ ਦੀ ਵਧਾਈ ਹੋਵੇ, ਫੁੱਲਾਂ ਦੀ ਆਈ ਏ ਬਹਾਰ ਦੀ ਵਧਾਈ ਹੋਵੇ, ਫੁੱਲਾਂ ਦੀ ਆਈ ਏ ਬਹਾਰ ਦੀ ਵਧਾਈ ਹੋਵੇ, ਫੁੱਲਾਂ ਦੀ ਆਈ ਏ ਬਹਾਰ ਦੀ ਵਧਾਈ ਹੋਵੇ। ਸਭ ਨੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਮਾਤਾ ਰਾਣੀ ਦੇ ਚਰਨਾਂ ਚ ਅਰਦਾਸ ਕਰੀਏ, ਹੇ ਮਾਂ ਜੇਕਰ ਸਾਡੇ ਤੋਂ ਕੋਈ ਭੁੱਲ ਚੁੱਕ ਹੋਈ ਹੈ ਸਾਰੀ ਰਾਤ ਵਿੱਚ ਤੇਰੇ ਜਾਗਰਣ ਵਿੱਚ ਕਿਸੇ ਵੀ ਚੀਜ਼ ਦੀ ਕੋਈ ਭੁੱਲ ਹੋਈ ਹੈ ਮਾਤਾ ਰਾਣੀ ਸਾਨੂੰ ਮਾਫ ਕਰੀ, ਹੱਥ ਜੋੜ ਕੇ ਸਭ ਨੇ ਅਰਦਾਸ ਕਰੀਏ, ਕਿਉਂਕਿ ਮਾਤਾ ਰਾਣੀ ਦੀਨ ਦਿਆਲੂ ਬਹੁਤ ਦਿਆਲੂ ਹੈ, ਮਾਂ ਮੇਰੀ ਸਭ ਦੀਆਂ ਭੁੱਲਾਂ ਚੁੱਕਾਂ ਮਾਫ ਕਰਨ ਵਾਲੀ ਹੈ ਮੇਰੀ ਮਾਂ। ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ, ਹੱਥ ਜੋੜ ਕੇ ਸਭ ਨੇ ਕੀ ਕਹਿਣਾ, ਹੋ ਮਾਫ ਕਰੀ ਹੋ ਸਾਡਾ ਬੋਲਿਆ ਚਾਲਿਆ ਮਾਫ ਕਰੀ, ਮਾਫ ਕਰੀ ਹੋ ਸਾਡਾ ਬੋਲਿਆ ਚਾਲਿਆ ਮਾਫ ਕਰੀ, ਅਸੀਂ ਤਾਰੇ ਤਾਰੇ ਤੇ ਦੁੱਖ ਕਾਰੇ, ਓਏ ਅਸੀਂ ਤਾਰੇ ਤਾਰੇ ਤੇ ਦੁੱਖ ਕਾਰੇ, ਦਾਦੀਆਂ ਬੈਠੇ ਤੇਰੇ ਦੁਆਰੇ, ਮਾਫ ਕਰੀ ਹੋ ਸਾਡਾ ਬੋਲਿਆ ਚਾਲਿਆ ਮਾਫ ਕਰੀ, ਮਾਫ ਕਰੀ
ਸਾਡਾ ਬੋਲੇ ਚਾਲਿਆ ਮਾਫ ਕਰੇ ਬੁੱਲਣ ਹਾਰੇ ਦਾਤੀ ਬੁੱਲਾ ਕੀਤੀਆਂ ਨੇ ਕੀ ਦੱਸੀਏ ਦਾਤੀ ਕੀ ਸਾਡੇ ਤੇ ਬੀਤੀਆਂ ਨੇ ਸਾਨੂੰ ਮਾਈਏ ਚਰਨੀ ਲਾ ਕੇ ਉਹ ਸਾਨੂੰ ਮਾਈਏ ਚਰਨੀ ਲਾ ਕੇ ਸਾਡੀ ਦਿਲ ਚੋ ਫੁੱਲ ਪੁਲਾ ਕੇ ਮਾਫ ਕਰੀ ਸਾਡਾ ਬੋਲੇ ਚਾਲਿਆ ਮਾਫ ਕਰੀ ਮਾਫ ਕਰੀ ਸਾਡਾ ਬੋਲਿਆ ਚਾਲਿਆ ਮਾਫ ਕਰੀ ਅਸੀਂ ਪੰਛੀਆਂ ਦੇ ਪਾਗਾਂ ਦੇ ਗਲੇ ਉੱਠ ਜਾਣਾ ਅਸੀਂ ਫੇਰ ਪਰਤ ਕੇ ਦਾਤੀ ਵਾਪਸ ਨਹੀਂ ਆਉਣਾ ਸਾਡੇ ਪੰਖ ਵੀ ਛੋਟੇ ਛੋਟੇ ਨੇ ਸਾਡੇ ਪੰਖ ਵੀ ਛੋਟੇ ਛੋਟੇ ਨੇ ਸਾਡੇ ਕਰਮ ਬੜੇ ਹੀ ਖੋਟੇ ਨੇ ਮਾਫ ਕਰੀ ਸਾਡਾ ਬੋਲੇ ਚਾਲਿਆ ਮਾਫ ਕਰੀ ਮਾਫ ਕਰੀ ਸਾਡਾ ਬੋਲਿਆ ਚਾਲਿਆ ਮਾਫ ਕਰੀ ਸਾਡੇ ਨੈਣਾਂ ਦੇ ਵਿੱਚ ਪਿਆਸ ਤੇਰੇ ਦਰਸ਼ਨ ਦੀ ਸਾਨੂੰ ਅਜੇ ਦੀ ਕਵੀ ਆਸ ਤੇਰੇ ਦਰਸ਼ਨ ਦੀ ਸਾਨੂੰ ਤੇ ਦਰਸ਼ਨ ਇੱਕ ਵਾਰੀ ਸਾਨੂੰ ਤੇ ਦਰਸ਼ਨ ਇੱਕ ਵਾਰੀ ਤੇਰੀ ਚਿੜੀ ਰਵੇ ਫੁੱਲਵਾਰੀ ਮਾਫ ਕਰੀ ਸਾਡਾ ਬੋਲਿਆ ਚਾਲਿਆ ਮਾਫ ਕਰੀ ਮਾਫ ਕਰੀ ਸਾਡਾ ਬੋਲਿਆ ਚਾਲਿਆ ਮਾਫ ਕਰੀ ਨੱਕੀ ਦਾ ਮਾਏ ਤੇਰੇ ਸਿਵਾ ਕੋਈ ਹੋਰ ਨਹੀਂ ਇਹਨਾਂ ਭਗਤਾ ਦਾ ਮਾਂ ਤੇਰੇ ਸਿਵਾ ਕੋਈ ਹੋਰ ਨਹੀਂ ਤੇਰੀ ਮਰਜ਼ੀ ਉੱਤੇ ਚੱਲਦਾ ਕਿਸੇ ਦਾ ਜੋਰ ਨਹੀਂ ਤੇਰੀ ਮਰਜ਼ੀ ਉੱਤੇ ਚੱਲਦਾ ਕਿਸੇ ਦਾ ਜੋਰ ਨਹੀਂ ਸਾਡੀ ਪਿਛਲੀ ਫੁੱਲ ਵਿਸਾਰੋ ਸਾਡੀ ਪਿਛਲੀ ਫੁੱਲ ਵਿਸਾਰੋ ਸਾਡਾ ਇਕਲਾ ਜਦ ਬਸੁਦਾਰੋ ਮਾਫ ਕਰੀ ਸਾਡਾ ਬੋਲਿਆ ਚਾਲਿਆ ਮਾਫ ਕਰੀ ਮਾਫ ਕਰੀ ਸਾਡਾ ਬੋਲਿਆ ਚਾਲਿਆ ਮਾਫ ਕਰੀ ਦਾਤੀ ਕੇ ਦਰਬਾਰ ਮੇ ਸਭੀ ਖੜੇ ਹੱਥ ਜੋੜ ਵੋ ਦੇਵਨ ਵਾਲੀਏ ਕਮਾ ਮਾਂਗਣ ਲੱਖ ਕਰੋੜ ਅੱਜ ਵੀ ਤੇਰਾ ਆਸਰਾ ਤੇ ਕੱਲ ਵੀ ਤੇਰੀ ਆਸ ਘੜੀ ਘੜੀ ਤੇਰਾ ਆਸਰਾ ਰੱਖੋ ਸ਼ਰਨ ਪੜੇ ਕੀ ਲਾ ਸ਼ਰਨ ਪੜੇ ਕੀ ਲਾਜ ਹੈ ਤੂੰ ਰੱਖੋ ਮਾਇਆ ਹੱਥ ਜੋੜ ਕੇ ਦਾਤੀ ਕਰੂੰ ਤੇਰੇ ਚਰਨੋਂ ਕਾਮਾ ਦਿਆ ਵੋ ਸਿਰ ਰੱਖਿਓ ਦਰੋਪਦਾ ਸੰਕਟ ਮੇ ਫਿਰ ਦਵਾਰ ਖੜੇ ਇਨ ਭਗਤੋ ਕੇ ਬਾਰਕ ਨਾ ਸਰ ਪੇ ਹਾਰ ਦੁੱਖ ਦਰਿਦਰ ਮਾ ਦੂਰ ਕਰਨ ਮਾਇਆ ਤੇ ਭਰਨਾ ਭੰਡਾ ਸੁਖ ਸ਼ਾਂਤੀ ਬਖਸ਼ਣਾ ਮਾ ਤੇਰਾ ਜਾਗਰਨ ਕਰਾਉਂਦੇ ਰਹਿਣੇ ਹਰ ਸਾਲ ਜੈ ਕਾਰਾ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਾਰਾ ਪਾਰਵਤੀ ਮਈਆ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਾਰਾ ਸ਼ਿਵ ਸ਼ੰਕਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਾਰਾ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜਿਨ੍ਹਾਂ ਨੇ ਵੀ ਜਾਗਰਤ ਸਪੁਰਨ ਦੀ ਅਰਦਾਸ ਕਰਾਉਣੀ ਹੈ ਕਰਵਾ ਸਕਦੇ ਹੋ ਫਿਰ ਕੱਚਾ ਬਿਠਾਈਆਂ ਜਾਣਗੀਆਂ ਕਿਸੇ ਨੇ ਜਾਗਰਤ ਸਪੁਰਨ ਦੀ ਅਰਦਾਸ ਕਰਾਉਣੀ ਕਰਾ ਸਕਦਾ ਕਰਾਉਣੀ ਤਾਂ ਕਰਾ ਲਓ ਤੇ ਫਿਰ ਕੱਚਾ ਬਿਠਾਈ ਹੇ ਮਾਤਾ ਰਾਣੀ ਤੇਰੇ ਭਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਵਿਧੀ ਵਿਧਾਨ ਨਾਲ ਤੇਰਾ ਜਾਗਰਣ ਕਰਾਇਆ ਹੈ ਇਹਨਾਂ ਦੇ ਮਾਇਆ ਦੇ ਭੰਡਾਰ ਭਰੀ ਕਿਸੇ ਚੀਜ਼ ਦੀ ਕਮੀ ਨਾ ਰਹਿਣ ਦੇ ਮਾਂ ਦੁੱਖ ਦਰਿਦਰ ਦੂਰ ਕਰੀ ਮਾਂ ਸੁੱਖ ਸ਼ਾਂਤੀ ਬਖਸ਼ੀ ਮੇਰੀ ਮਾਂ ਤੇਰਾ ਜੋ ਜਾਗਰਣ ਹਰ ਸਾਲ ਕਰਾਉਂਦੇ ਰਹਿਣ ਤੇਰੇ ਚਰਨਾਂ ਚ ਲੱਗੇ ਰਹਿਣ ਜੈ ਕਾਰਾ ਸ਼ੇਰਾ ਵਾਲੀ ਦਾ ਬੋਲ ਸੱਚੇ ਦਰਬਾਰ ਦੇ ਕੀ ਜੈ